ਦੇ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਉਣ ਦੇ ਵਾਸਤੇ ਇਹ ਕਿਰਪਾ ਕੀਤੀ ਕਿ ਭਾਈ ਜੇਕਰ ਤੁਹਾਡਾ ਦਿੱਤਾ ਹੋਇਆ ਪਾਣੀ ਤੁਹਾਡੇ ਪੂਰਵਜਾਂ ਤੱਕ ਪਹੁੰਚਦਾ ਹੈ ਤੇ ਫਿਰ ਮੇਰੀ ਖੇਤੀ ਤੇ ਇੱਥੋਂ ਤੁਹਾਡੇ ਪੂਰਵਜਾਂ ਤੋਂ ਲੱਗ ਗਈ ਹੈ ਤੇ ਮੇਰਾ ਪਾਣੀ ਵੀ ਉੱਥੇ ਪਹੁੰਚਣਾ ਚਾਹੀਦਾ। ਭਾਵ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੇਵਲ ਇਹ ਨਹੀਂ ਕਿਹਾ ਜੀ ਨਹੀਂ ਇਹ ਪਖੰਡ ਹੈ ਇਹ ਝੂਠ ਹੈ, ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਅੰਦਰ ਵੜ ਕਰਕੇ ਉਹਨਾਂ ਦੇ ਨਾਲ ਖੜੇ ਹੋ ਕਰਕੇ ਉਹਨਾਂ ਦੇ ਦਿਮਾਗ ਦੇ ਗੱਲ ਅੰਦਰ ਇਹ ਪਾਈ ਕਿ ਭਾਈ ਜਿਹੜੀ ਰੀਤ ਤੇ ਚੱਲ ਰਹੇ ਹੋ ਇਹ ਰੀਤ ਝੂਠੀ ਹੈ, ਜੇਕਰ ਧਰਮ ਦੀ ਪਾਲਣਾ ਕਰਨੀ ਹੈ ਤੇ ਸੱਚ ਦੀ ਪਾਲਣਾ ਕਰਨੀ ਸ਼ੁਰੂ ਕਰੋ। ਤੇ ਜਿਸ ਦਿਨ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਮਿਹਰ ਕੀਤੀ ਇਹ ਕੌਤਕ ਵਰਤਾਇਆ ਉਸ ਦਿਨ ਵੀ ਵਿਸਾਖੀ ਦਾ ਦਿਨ ਸੀ। ਪੁਰਾਤਨ ਸਰੋਤਾਂ ਨੂੰ ਪੁਰਾਤਨ ਗ੍ਰੰਥਾਂ ਨੂੰ ਜਦੋਂ ਸੰਗਤ ਜੀ ਪੜ੍ਹਦੇ ਹਾਂ ਵਿਚਾਰਦੇ ਹਾਂ ਅਨੇਕਾਂ ਪਹਿਲੂ ਅਨੇਕਾਂ ਪੱਖ ਸਾਡੇ ਸਾਹਮਣੇ ਆਉਂਦੇ ਨੇ ਜਿਹੜੇ ਵਿਸਾਖ ਦੇ ਮਹੀਨੇ ਦੇ ਅੰਦਰ ਤੇ ਵਿਸਾਖੀ ਦੇ ਨਾਲ ਸਾਨੂੰ ਜੋੜਦੇ ਹਨ। ਪਰ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਮੌਜੂਦਾ ਸਮੇਂ ਦੇ ਅੰਦਰ ਕੇਵਲ ਤੇ ਕੇਵਲ ਵਿਸਾਖੀ ਦੀ ਸੰਗਰਾਂਦ ਤੇ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਵੱਲੋਂ ਮੁਕੰਮਲ ਸਰੂਪ ਬਖਸ਼ਿਸ਼ ਕਰਨ ਦੇ ਉੱਪਰ ਹੀ ਅਸੀਂ ਵਿਚਾਰਾਂ ਕਰਦੇ ਹਾਂ। ਉਸ ਤੋਂ ਪਹਿਲਾਂ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਬਰਕਤਾਂ ਵਰਤਾਈਆਂ ਹਨ ਉਹਨਾਂ ਦਾ ਜ਼ਿਕਰ ਬਹੁਤ ਘੱਟ ਸਟੇਜਾਂ ਤੋਂ ਮਿਲਦਾ। ਸੋ ਇੱਥੇ ਇਸ ਗੱਲ ਨੂੰ ਆਪਾਂ ਇਸ ਪੱਖ ਦੇ ਵੱਲ ਵੀ ਨਹੀਂ ਲੈ ਕੇ ਜਾਣਾ ਕਿ ਗੁਰੂ ਕਲਗੀਧਰ ਪਿਤਾ ਜੀ ਦਾ ਸੀਸ ਲੈ ਕਰਕੇ ਖੰਡੇ ਬਾਟੇ ਦੀ ਪੋਲ ਛਕਾ ਦੇਣੀ ਉਹ ਸਾਡੇ ਵਾਸਤੇ ਅਹਿਮੀਅਤ ਨਹੀਂ ਰੱਖਦਾ। ਉਸ ਤੋਂ ਵੱਡੀ ਤੇ ਉਸਦੇ ਤੁਲ ਉਸਦੇ ਬਰਾਬਰ ਕੋਈ ਹੋਰ ਗੱਲ ਹੋ ਨਹੀਂ ਸਕਦੀ। ਰਜ਼ਾ ਬਖਸ਼ ਰਾਜਕ ਰਿਹਾ ਕੁਨ ਰਹੀਮ ਅਮਾ ਬਖਸ਼ ਬਖਸ਼ਿੰਦ ਓ ਦਸਤਗੀਰ ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ ਸ਼ਹਿਨਸ਼ਾਹ ਅਖੂਬੀ ਦੇਹੋ ਰਹਿਨਮੂ ਕੇ ਬੇਗ ਨੂੰ ਬੇਚੂ ਚੂ ਬੇਨਮੂ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾ ਬੰਦ ਬਖਸ਼ਿੰਦੇ ਐਸ਼ ਅਰਸ਼ ਜਿਉਂ ਬੁਲਾਵਹਿ ਤਿਉਂ ਬੋਲਾ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਕੀਨਾ ਜੋ ਪ੍ਰਭ ਕੀ ਅਤ ਪਿਆਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਚਰਨਾਂ ਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਅਤੇ ਆਪਣੇ ਜੀਵਨ ਦੇ ਅੰਦਰ ਸਤਿਗੁਰ ਦੇ ਪਾਸੋਂ ਜਿੱਥੇ ਦਾਤਾਂ ਮੰਗਣ ਵਾਸਤੇ ਅਸੀਂ ਆਉਂਦੇ ਹਾਂ ਅਤੇ ਗੁਰਮੁਖ ਪਿਆਰੇ ਗੁਰੂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਅੰਦਰ ਆ ਕੇ ਜੁੜ ਕੇ ਬੈਠਦੇ ਹਨ। ਸਭ ਤੋਂ ਪਹਿਲਾਂ ਹਲਤ ਪਲਤ ਕੇ ਰੱਖਿਅਕ ਦੋ ਜਹਾਨ ਦੇ ਵਾਲੀ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਆਗਿਆ ਲਈਏ ਅਤੇ ਆਪ ਸੰਗਤਾਂ ਦੇ ਸਨਮੁਖ ਹੋ ਕਰਕੇ ਮੇਰੇ ਗੁਰੂ ਦੀ ਛਤਰ ਛਾਇਆ ਦੇ ਹੇਠ
ਸਤਿਗੁਰੂ ਕਿਰਪਾ ਕਰੇ ਮੇਰਾ ਭਰਿਆ ਹੱਥ ਸਿਰ ਤੇ ਰੱਖ ਦੇਵੇ ਤੇ ਗੁਰੂ ਘਰ ਦਾ ਕੁੱਕਰ ਹੋਣ ਦੇ ਨਾਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੋਕਾ ਦੇਣ ਦਾ ਯਤਨ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਕਰ ਸਕਾਂ ਜੀ। ਹਾਜ਼ਰੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਆਪ ਸਮੂਹ ਸਾਧ ਸੰਗਤ ਜਾਣਦੇ ਹੋ ਕਿ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੇ ਜੋ ਸਰੂਪ ਬਖਸ਼ਿਸ਼ ਕਰਕੇ ਇੱਕ ਵੱਖਰਾ ਪੰਥ ਚਲਾ ਦਿੱਤਾ ਅਤੇ ਉਸਦਾ ਰਿਸ਼ਤਾ ਉਸ ਨਿਰੰਕਾਰ ਉਸ ਅਕਾਲ ਪੁਰਖ ਦੇ ਨਾਲ ਜੋੜਿਆ, ਉਸੇ ਹੀ ਦਿਹਾੜੇ ਨੂੰ ਸਮਰਪਿਤ ਅੱਜ ਜੀ ਦੇ ਦੀਵਾਨ ਅਤੇ ਨਗਰ ਕੀਰਤਨ ਸਜਾਏ ਜਾ ਰਹੇ ਨੇ। ਅਤੇ ਗੁਰਮੁਖ ਪਿਆਰਿਓ, ਕੱਲ੍ਹ ਦਾ ਦਿਹਾੜਾ ਜੋ ਲੰਘ ਕੇ ਗਿਆ ਹੈ, ਵੈਸਾਖ ਦੀ ਸੰਗਰਾਂਦ, ਵੈਸਾਖ ਮਹੀਨੇ ਦੀ ਆਰੰਭਤਾ ਹੋਈ ਹੈ। ਸੋ ਵੈਸਾਖੀ ਦਾ ਮਹੀਨਾ, ਵੈਸਾਖੀ ਦੀ ਸੰਗਰਾਂਦ ਅਤੇ ਖਾਲਸਾ ਸਿਰਜਣਾ ਦਿਵਸ, ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਕਿਰਪਾ ਕਰੇ ਆਪਣੇ ਹੁਕਮ ਅਤੇ ਆਪਣੀ ਕਿਰਪਾ ਦੁਆਰਾ ਇਸ ਮਹੀਨੇ ਦੇ ਅੰਦਰ ਜੋ ਮੇਰੇ ਸਤਿਗੁਰ ਨੇ ਕਿਰਪਾ ਕਰਕੇ ਆਪਣੇ ਬਚਨ ਕੀਤੇ ਹਨ ਉਹਨਾਂ ਦੇ ਉੱਪਰ ਸਾਨੂੰ ਚੱਲਣ ਦਾ ਬਲ ਅਤੇ ਬੁੱਧ ਬਖਸ਼ਿਸ਼ ਕਰ ਦੇਵੇ। ਗੁਰਮੁਖ ਪਿਆਰਿਓ, ਵੈਸਾਖੀ ਅਤੇ ਵੈਸਾਖ ਦਾ ਮਹੀਨਾ ਸਿੱਖ ਇਤਿਹਾਸ ਦੇ ਨਾਲ ਅਤੇ ਸਾਡੀ ਹਿਸਟਰੀ ਦੇ ਵਿੱਚ ਬਹੁਤ ਵੱਡਾ ਮਹੱਤਵਪੂਰਨ ਇੱਕ ਮਹੀਨਾ ਹੈ ਅਤੇ ਇਸ ਮਹੀਨੇ ਦੇ ਅੰਦਰ ਖਾਲਸੇ ਪੰਥ ਨੇ ਬਹੁਤ ਚੜ੍ਹਦੀ ਕਲਾ ਅਤੇ ਖਾਲਸੇ ਪੰਥ 'ਤੇ ਚੜ੍ਹ ਕੇ ਆਉਣ ਵਾਲਿਆਂ ਦੀ ਵੀ ਕਮੀ ਕੋਈ ਨਹੀਂ ਰਹੀ। ਜਿੱਥੇ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੇ ਸੀਸ ਲੈ ਕਰਕੇ ਮੁਰਦਿਆਂ ਨੂੰ ਜੀਵਨ ਦਾਨ ਦੇ ਦਿੱਤਾ, ਉਸ ਪੱਖ ਵੱਲ ਜਿੱਥੇ ਅਸੀਂ ਸਤਿਗੁਰ ਦੇ ਚਰਨਾਂ ਦਾ ਧਿਆਨ ਧਰਦਿਆਂ ਕੁਝ ਇੱਕ ਵਿਚਾਰਾਂ ਕਰਨ ਦਾ ਯਤਨ ਕਰਾਂਗੇ, ਪਰ ਉਸ ਤੋਂ ਇਲਾਵਾ ਮੈਂ ਆਪ ਜੀ ਦਾ ਧਿਆਨ ਥੋੜ੍ਹਾ ਜਿਹਾ ਲੈ ਕੇ ਜਾਣਾ ਚਾਹੁੰਦਾ ਉਸ ਤੋਂ ਪਿੱਛੇ ਕਿ ਇਹ ਵੈਸਾਖ ਅਤੇ ਵੈਸਾਖੀ ਸਿੱਖਾਂ ਦੇ ਨਾਲ ਕਿੰਨਾ ਕੁ ਗੂੜਾ ਸੰਬੰਧ ਰੱਖਦੀ ਹੈ ਅਤੇ ਪਿਛਲੇ ਇਤਿਹਾਸ ਦੇ ਵਿੱਚ ਗੁਰੂ ਕਲਗੀਧਰ ਪਿਤਾ ਜੀ ਤੋਂ ਪਹਿਲਾਂ ਵੀ ਇਸ ਵੈਸਾਖੀ ਦੇ ਨਾਲ ਸਾਡਾ ਸੰਬੰਧ ਅਤੇ ਸਾਡਾ ਰਿਸ਼ਤਾ ਸਿੱਖ ਹੋਣ ਦੇ ਨਾਤੇ ਕਿੰਨਾ ਕੁ ਗੂੜਾ ਰਿਹਾ ਹੈ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਗਿਆਨੀ ਜੀ ਹੁਣਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਗੁਰੂ ਕਲਗੀਧਰ ਪਿਤਾ ਦਸਵੇਂ ਪਾਤਸ਼ਾਹ ਜੀ ਦੇ ਜੀਵਨ ਤੱਕ ਇੱਕ ਪੰਛੀ ਝਾਤ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਦੇ ਗੁਣ ਬਿਆਨ ਕੀਤੇ ਨੇ ਅਤੇ ਗੁਰੂ ਸਾਹਿਬ ਜੀ ਦੀ ਉਸਤਤ ਕਰਦਿਆਂ ਜੋ ਸਤਿਗੁਰ ਨੇ ਸਾਨੂੰ ਸਿਧਾਂਤ ਦਿੱਤਾ ਹੈ ਕਿ ਖਾਲਸਾ ਕਿਸੇ ਤੋਂ ਡਰਾਕਲ ਨਹੀਂ, ਨਾ ਡਰਦਾ ਹੈ ਅਤੇ ਨਾ ਕਿਸੇ ਨੂੰ ਡਰਾਉਂਦਾ ਹੈ। ਸੋ ਗੁਰੂ ਸਾਹਿਬ ਨੇ ਜੋ ਦਲੇਰਾਂ ਦੀ ਕੌਮ ਪੈਦਾ ਕੀਤੀ ਅਤੇ ਗੁਰੂ ਦੀਆਂ ਸਟੇਜਾਂ 'ਤੇ ਬਹਿ ਕੇ ਫਿਰ ਗੱਲਾਂ ਵੀ ਦਲੇਰੀ ਦੀਆਂ ਹੀ ਹੋਣਗੀਆਂ, ਸੋ ਉਹਨਾਂ ਨੇ ਖਾਲਸੇ ਦੇ ਪੱਖ ਨੂੰ ਵੀ ਆਪ ਜੀ ਦੇ ਸਨਮੁੱਖ ਰੱਖਣ ਦਾ ਜਿਹੜਾ ਹੈ ਉਹ ਯਤਨ ਕੀਤਾ ਹੈ। ਗੁਰਮੁਖ ਪਿਆਰਿਓ, ਜਿੱਥੇ ਗੁਰੂ ਕਲਗੀਧਰ ਪਿਤਾ ਜੀ ਨੇ ਸਾਨੂੰ ਮੁਕੰਮਲਤਾ ਬਖਸ਼ਿਸ਼ ਕੀਤੀ, ਸਾਨੂੰ ਇਹ ਸਰੂਪ ਬਖਸ਼ਿਸ਼ ਕਰ ਦਿੱਤਾ ਅਤੇ ਗੁਰੂ ਚੇਲੇ ਦਾ ਭੇਦ ਮਿਟਾ ਕਰਕੇ ਪੰਜ ਪਿਆਰਿਆਂ ਦੇ ਤਿਆਰ ਬਰ ਤਿਆਰ ਸਿੰਘਾਂ ਦੇ ਸਰੂਪ ਦੇ ਵਿੱਚ ਸਤਿਗੁਰ ਨੇ ਬਖਸ਼ਿਸ਼ ਕਰ ਦਿੱਤੀ ਕਿ ਗੁਰੂ ਖਾਲਸੇ ਦੇ ਵਿੱਚ ਮੈਂ ਆਪ ਵਰਤਾਂਗਾ। ਸੋ ਪੰਥ ਦੀ ਨੀਂਵ ਰੱਖਣ ਵਾਲੇ ਮੇਰੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਵਤਾਰ ਧਾਰਿਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਅਤੇ ਉਸ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋ ਬੂਟਾ ਲਾਇਆ ਸੀ ਗੁਰੂ ਕਲਗੀਧਰ ਪਿਤਾ ਜੀ ਨੇ ਉਸ ਨੂੰ ਮੁਕੰਮਲਤਾ ਬਖਸ਼ਿਸ਼ ਕੀਤੀ।
ਤੇ ਆਮ ਕਰਕੇ ਸਟੇਜਾਂ ਤੇ ਸੰਗਤ ਜੀ ਆਪਾਂ ਇੱਕ ਵਚਨ ਸਰਵਣ ਕਰਦੇ ਹਾਂ, ਗੁਰੂ ਨਾਨਕ ਨਾਮ ਲੇਵਾ ਸੰਗਤ। ਗੁਰੂ ਨਾਨਕ ਦਾ ਨਾਮ ਲੈਣ ਵਾਲੇ, ਗੁਰੂ ਨਾਨਕ ਨੂੰ ਮੰਨਣ ਵਾਲੇ ਹੋਰ ਧਰਮਾਂ ਦੇ ਵੀ ਲੋਕ ਬਹੁਤ ਨੇ। ਗੁਰੂ ਨਾਨਕ ਕਿਸੇ ਦਾ ਪੀਰ ਹੈ, ਗੁਰੂ ਨਾਨਕ ਕਿਸੇ ਦਾ ਗੁਰੂ ਹੈ, ਗੁਰੂ ਨਾਨਕ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਮਿਲਦਾ ਹੈ। ਜੇਕਰ ਇਸ ਧਰਤੀ ਦੇ ਉੱਪਰ ਕਿਸੇ ਗੁਰੂ ਦੀ ਕਿਸੇ ਪੀਰ ਦੀ ਸਭ ਨੇ ਪੂਜਾ ਕੀਤੀ ਹੈ, ਸਭ ਨੇ ਉਸਨੂੰ ਆਪਣਾ ਮੰਨਿਆ ਹੈ, ਤੇ ਉਹ ਬਖਸ਼ਿਸ਼ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਹਿੱਸੇ ਹੀ ਆਈ ਹੈ। ਕਿਉਂਕਿ ਸਮੇਂ ਦੌਰਾਨ ਸਤਿਗੁਰ ਸੱਚੇ ਪਾਤਸ਼ਾਹ ਨੇ ਜਿੱਥੇ ਜੁਲਮਾਂ ਦੇ ਨਾਲ ਆਢੇ ਲਏ ਨੇ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇੱਕ ਐਸਾ ਸਰੂਪ ਹੋਇਆ ਹੈ ਕਿ ਦੁਸ਼ਮਣਾਂ ਨੇ ਵੀ ਉਸਨੂੰ ਆਪਣਾ ਮੰਨ ਲਿਆ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕੁੱਲ ਲੁਕਾਈ ਦਾ, ਕੁੱਲ ਧਰਤੀ ਦਾ, ਜਿੱਥੇ ਵੀ ਕੋਈ ਜੀਵਨ ਦਾ ਕੋਈ ਸਵਾਸ ਹੈ, ਭਾਵੇਂ ਉਹ ਮਨੁੱਖ ਹੈ ਤੇ ਭਾਵੇਂ ਉਹ ਕਿਸੇ ਹੋਰ ਜੂਨ ਦੇ ਵਿੱਚ ਹੈ, ਸਭ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ, ਉਸ ਨਿਰੰਕਾਰ ਨੂੰ ਮੰਨਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਨਿਰਮਲ ਪੰਥ ਚਲਾਇਆ, ਤੇ ਅਸੀਂ ਕੇਵਲ ਗੁਰੂ ਨਾਨਕ ਨਾਮ ਲੇਵਾ ਨਹੀਂ, ਇਸ ਗੱਲ ਤੇ ਧਿਆਨ ਦਿਓ, ਅਸੀਂ ਗੁਰੂ ਨਾਨਕ ਪੰਥੀ ਹਾਂ, ਜਿਸ ਪੰਥ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸ਼ਾਮਿਲ ਕੀਤਾ ਹੈ। ਸੋ ਅੱਜ ਦੇ ਮੌਜੂਦਾ ਸਮੇਂ ਦੇ ਅੰਦਰ ਸਾਡੀ ਬੋਲੀ, ਸਾਡੇ ਸ਼ਬਦ ਸਾਡੇ ਤੋਂ ਵਿਸਰਦੇ ਜਾ ਰਹੇ ਨੇ, ਜਿਹਨਾਂ ਕਾਰਨਾਂ ਕਰਕੇ ਅਸੀਂ ਆਪਣੇ ਬਾਹਰੀ ਸਰੂਪ ਨੂੰ ਤਾਂ ਸਾਂਭਿਆ ਹੈ, ਪਰ ਅੰਦਰੋਂ ਅਸੀਂ ਕਮਜ਼ੋਰ ਹੁੰਦੇ ਜਾ ਰਹੇ ਹਾਂ, ਕਿਉਂਕਿ ਸਾਡੀਆਂ ਜੜ੍ਹਾਂ ਉਹ ਸਾਡੇ ਪਾਸੋਂ ਵਿਸਰਦੀਆਂ ਜਾ ਰਹੀਆਂ ਨੇ। ਨਾਨਕ ਨਾਮ ਲੇਵਾ ਸੰਗਤ ਵੀ ਕੋਈ ਲਫ਼ਜ਼ ਮਾੜਾ ਨਹੀਂ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਧਰਮ ਨੂੰ ਅਪਣਾਉਣ ਵਾਲੇ ਕਲਗੀਧਰ ਪਿਤਾ ਜੀ ਨੇ ਜਿਸ ਨੂੰ ਮੁਕੰਮਲਤਾ ਬਖਸ਼ੀ ਹੈ, ਉਹ ਕੇਵਲ ਗੁਰੂ ਨਾਨਕ ਨਾਮ ਲੇਵਾ ਨਹੀਂ, ਗੁਰੂ ਨਾਨਕ ਪੰਥੀ ਹਨ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਇਤਿਹਾਸਕਾਰ ਲਿਖਦੇ ਨੇ ਕਿ ਵੈਸਾਖੀ ਜੋ ਪੁਰਾਤਨ ਸਮੇਂ ਤੋਂ ਮੰਨਦੀ ਆ ਰਹੀ ਸਨ, ਜਿੱਥੇ ਇੱਕ ਮੌਸਮੀ ਤਿਉਹਾਰ ਸੀ ਤੇ ਕਣਕ ਦੀ ਵਾਢੀ ਦੇ ਨਾਲ ਉਸਨੂੰ ਜੋੜਿਆ ਜਾਂਦਾ ਸੀ, ਉੱਥੇ ਧਾਰਮਿਕ ਰੂਪ ਦੇ ਵਿੱਚ ਤੇ ਸਿੱਖ ਪੰਥ ਦੇ ਵਿੱਚ ਵੀ ਇਸ ਵਿਸਾਖੀ ਦਾ ਅਹਿਮ ਯੋਗਦਾਨ ਰਿਹਾ ਹੈ। ਤੇ ਗੁਰੂ ਦੇ ਪਿਆਰੇ, ਗੁਰੂ ਦੀ ਬਾਣੀ ਨੂੰ ਪੜ੍ਹਨ ਸੁਣਨ ਵਾਲੇ ਤੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਭਰੋਸਾ ਰੱਖਣ ਵਾਲੇ ਸਿੱਖ ਜਿਨ੍ਹਾਂ ਨੇ ਇਤਿਹਾਸ ਲਿਖਿਆ ਹੈ, ਉਹ ਜ਼ਿਕਰ ਕਰਦੇ ਹਨ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਪਰ ਜਦੋਂ ਕੌਤਕ ਵਰਤਾਇਆ ਹੈ, ਮੋਦੀ ਖਾਨੇ ਦੀ ਨੌਕਰੀ ਛੱਡੀ ਹੈ, ਇਤਿਹਾਸ ਆਪ ਜੀ ਜਾਣਦੇ ਹੋ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੇਈ ਦੇ ਅੰਦਰ ਟੁੱਬੀ ਲਾ ਕਰਕੇ ਇਹ ਬਚਨ ਕਰ ਦਿੱਤਾ ਹੈ ਕਿ ਅੱਜ ਤੋਂ ਬਾਅਦ ਨੌਕਰੀ ਕਰਾਂਗੇ ਤੇ ਉਸ ਅਕਾਲ ਪੁਰਖ ਦੀ ਕਰਾਂਗੇ, ਕਿਸੇ ਮਨੁੱਖ ਦੀ ਅਧੀਨਗੀ ਨਹੀਂ, ਪ੍ਰਚਾਰ ਵੀ ਉਸਦਾ ਤੇ ਡਿਊਟੀ ਵੀ ਅਸੀਂ ਉਸ ਦੀ ਨਿਭਾਉਣੀ ਹੈ। ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਧਰਤੀ ਦੇ ਉੱਪਰ ਇੱਕ ਬਚਨ ਕੀਤਾ ਸੀ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਤੇ ਇਤਿਹਾਸਕਾਰ ਲਿਖਦੇ ਨੇ, ਉਦਾਸੀ ਦੀ ਉਸ ਰੀਤ ਚਲਾਈ, ਚੱਲਿਆ ਸੋਧਣ ਕੁੱਲ ਲੁਕਾਈ, ਤੇ ਜਿਸ ਦਿਨ ਮੇਰੇ ਸਤਿਗੁਰ ਨੇ ਇਹ ਬਚਨ ਕੀਤਾ ਸੀ ਉਸ ਦਿਨ ਵੀ ਵਿਸਾਖੀ ਦਾ ਦਿਹਾੜਾ ਸੀ। ਆਪ ਜੀ ਨੂੰ ਉਸ ਤੋਂ ਅੱਗੇ ਲੈ ਕੇ ਚੱਲਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਅਨੇਕਾਂ ਪੱਖ, ਅਨੇਕਾਂ ਪਹਿਲੂ ਹਨ ਜਿੱਥੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੱਚ ਦਾ ਪ੍ਰਚਾਰ ਕੀਤਾ, ਤੇ ਉਸ ਇੱਕ ਓਅੰਕਾਰ ਨਿਰੰਕਾਰ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜਨ ਵਾਸਤੇ ਸਾਨੂੰ ਉਪਦੇਸ਼ ਕੀਤਾ, ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਦੁਨੀਆਂ ਦੇ ਚੱਲ ਰਹੇ ਪਖੰਡ ਦਾ ਖੰਡਨ ਕਰਨ ਵਾਸਤੇ ਜਦੋਂ ਦੂਸਰਿਆਂ ਧਰਮਾਂ ਦੇ ਅੰਦਰ ਵੀ ਵਿਚਰੇ ਹਨ, ਤੇ ਆਪ ਜੀ ਨੇ ਇੱਕ ਸਾਖੀ ਆਮ ਸਟੇਜਾਂ ਤੋਂ ਸਰਵਣ ਕੀਤੀ ਹੋਵੇਗੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ
ਲਹਿੰਦੇ ਵੱਲ ਪਾਣੀ ਦੇ ਦਿੱਤਾ ਹੈ। ਤੇ ਉਸ ਸਮੇਂ ਦੇ ਉਹਨਾਂ ਮੰਨਣ ਵਾਲਿਆਂ ਨੂੰ ਇਹ ਮਹਿਸੂਸ ਹੋਇਆ ਹੈ ਕਿ ਇਹ ਕਿਹੜਾ ਫਕੀਰ ਆ ਗਿਆ ਹੈ, ਇਹ ਕੌਣ ਆ ਗਿਆ ਹੈ ਜਿਸਨੇ ਉਲਟੀ ਰੀਤ ਚਲਾ ਦਿੱਤੀ ਹੈ। ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਉਣ ਦੇ ਵਾਸਤੇ ਇਹ ਕਿਰਪਾ ਕੀਤੀ ਕਿ ਭਾਈ ਜੇਕਰ ਤੁਹਾਡਾ ਦਿੱਤਾ ਹੋਇਆ ਪਾਣੀ ਤੁਹਾਡੇ ਪੂਰਵਜਾਂ ਤੱਕ ਪਹੁੰਚਦਾ ਹੈ ਤੇ ਫਿਰ ਮੇਰੀ ਖੇਤੀ ਤੇ ਇੱਥੋਂ ਤੁਹਾਡੇ ਪੂਰਵਜਾਂ ਤੋਂ ਲੱਗ ਗਈ ਹੈ ਤੇ ਮੇਰਾ ਪਾਣੀ ਵੀ ਉੱਥੇ ਪਹੁੰਚਣਾ ਚਾਹੀਦਾ। ਭਾਵ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੇਵਲ ਇਹ ਨਹੀਂ ਕਿਹਾ ਜੀ ਨਹੀਂ ਇਹ ਪਖੰਡ ਹੈ ਇਹ ਝੂਠ ਹੈ, ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਅੰਦਰ ਵੜ ਕਰਕੇ ਉਹਨਾਂ ਦੇ ਨਾਲ ਖੜੇ ਹੋ ਕਰਕੇ ਉਹਨਾਂ ਦੇ ਦਿਮਾਗ ਦੇ ਗੱਲ ਅੰਦਰ ਇਹ ਪਾਈ ਕਿ ਭਾਈ ਜਿਹੜੀ ਰੀਤ ਤੇ ਚੱਲ ਰਹੇ ਹੋ ਇਹ ਰੀਤ ਝੂਠੀ ਹੈ, ਜੇਕਰ ਧਰਮ ਦੀ ਪਾਲਣਾ ਕਰਨੀ ਹੈ ਤੇ ਸੱਚ ਦੀ ਪਾਲਣਾ ਕਰਨੀ ਸ਼ੁਰੂ ਕਰੋ। ਤੇ ਜਿਸ ਦਿਨ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਮਿਹਰ ਕੀਤੀ ਇਹ ਕੌਤਕ ਵਰਤਾਇਆ, ਉਸ ਦਿਨ ਵੀ ਵਿਸਾਖੀ ਦਾ ਦਿਨ ਸੀ। ਪੁਰਾਤਨ ਸਰੋਤਾਂ ਨੂੰ ਪੁਰਾਤਨ ਗ੍ਰੰਥਾਂ ਨੂੰ ਜਦੋਂ ਸੰਗਤ ਜੀ ਪੜ੍ਹਦੇ ਹਾਂ ਵਿਚਾਰਦੇ ਹਾਂ ਅਨੇਕਾਂ ਪਹਿਲੂ ਅਨੇਕਾਂ ਪੱਖ ਸਾਡੇ ਸਾਹਮਣੇ ਆਉਂਦੇ ਨੇ ਜਿਹੜੇ ਵਿਸਾਖ ਦੇ ਮਹੀਨੇ ਦੇ ਅੰਦਰ ਤੇ ਵਿਸਾਖੀ ਦੇ ਨਾਲ ਸਾਨੂੰ ਜੋੜਦੇ ਹਨ। ਪਰ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਮੌਜੂਦਾ ਸਮੇਂ ਦੇ ਅੰਦਰ ਕੇਵਲ ਤੇ ਕੇਵਲ ਵਿਸਾਖੀ ਦੀ ਸੰਗਰਾਂਦ ਤੇ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਵੱਲੋਂ ਮੁਕੰਮਲ ਸਰੂਪ ਬਖਸ਼ਿਸ਼ ਕਰਨ ਦੇ ਉੱਪਰ ਹੀ ਅਸੀਂ ਵਿਚਾਰਾਂ ਕਰਦੇ ਹਾਂ। ਉਸ ਤੋਂ ਪਹਿਲਾਂ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਬਰਕਤਾਂ ਵਰਤਾਈਆਂ ਹਨ ਉਹਨਾਂ ਦਾ ਜ਼ਿਕਰ ਬਹੁਤ ਘੱਟ ਸਟੇਜਾਂ ਤੋਂ ਮਿਲਦਾ। ਸੋ ਇੱਥੇ ਇਸ ਗੱਲ ਨੂੰ ਆਪਾਂ ਇਸ ਪੱਖ ਦੇ ਵੱਲ ਵੀ ਨਹੀਂ ਲੈ ਕੇ ਜਾਣਾ ਕਿ ਗੁਰੂ ਕਲਗੀਧਰ ਪਿਤਾ ਜੀ ਦਾ ਸੀਸ ਲੈ ਕਰਕੇ ਖੰਡੇ ਬਾਟੇ ਦੀ ਪੋਲ ਛਕਾ ਦੇਣੀ ਉਹ ਸਾਡੇ ਵਾਸਤੇ ਅਹਿਮੀਅਤ ਨਹੀਂ ਰੱਖਦਾ। ਉਸ ਤੋਂ ਵੱਡੀ ਤੇ ਉਸਦੇ ਤੁਲ ਉਸਦੇ ਬਰਾਬਰ ਕੋਈ ਹੋਰ ਗੱਲ ਹੋ ਨਹੀਂ ਸਕਦੀ। ਪਰ ਜਿਵੇਂ ਜਿਵੇਂ ਅਸੀਂ ਆਪਣੇ ਪੁਰਾਤਨ ਇਤਿਹਾਸ ਨੂੰ ਨਹੀਂ ਪੜ੍ਹਾਂਗੇ ਭੁੱਲਦੇ ਜਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਅੰਦਰ ਸਾਡਾ ਇਤਿਹਾਸ ਬਿਲਕੁਲ ਸਾਡੇ ਵਾਸਤੇ ਛੋਟਾ ਹੁੰਦਾ ਜਾਵੇਗਾ। ਤੇ ਜਦੋਂ ਕੋਈ ਗੁਰਮੁਖ ਪਿਆਰੇ ਫਿਰ ਸਟੇਜਾਂ ਤੇ ਬਹਿ ਕਰਕੇ ਉਸ ਗੁਰੂ ਦੀ ਉਸਤਤ ਕਰਦੇ ਹਾਂ ਕੋਈ ਵਚਨ ਸਾਂਝਾ ਕਰਦੇ ਨੇ, ਕਿਉਂਕਿ ਅਸੀਂ ਉਹ ਤੇ ਇਤਿਹਾਸ ਨੂੰ ਵਾਚਿਆ ਨਹੀਂ ਹੁੰਦਾ ਜਾਂ ਸਰਵਣ ਨਹੀਂ ਕੀਤਾ ਹੁੰਦਾ ਤੇ ਫਿਰ ਫਟਾਫਟ ਜਿਸ ਤਰ੍ਹਾਂ ਗਿਆਨੀ ਜੀ ਕਹਿ ਕੇ ਗਏ ਨੇ ਅਸੀਂ ਮੋਹਰ ਲਾ ਦਿੰਦੇ ਹਾਂ ਜੀ ਇਹ ਤੇ ਝੂਠ ਹੈ ਇਹ ਤੇ ਕੁਫਰ ਹੈ ਇਹ ਤੇ ਗੱਲ ਅਜੇ ਤੱਕ ਅਸੀਂ ਸੁਣੀ ਨਹੀਂ ਹੈ ਕਿੱਥੋਂ ਕੱਢ ਕੇ ਲੈ ਕੇ ਆ ਜੇ, ਕਿਉਂ? ਕਿਉਂਕਿ ਅਸੀਂ ਉਹਦੇ ਨਾਲੋਂ ਟੁੱਟ ਚੁੱਕੇ ਸਾਂ। ਤੇ ਘਰਾਂ ਦੇ ਅੰਦਰ ਵੀ ਆਪ ਜੀ ਦੇਖੋ, ਇੱਕ ਦੁਨਿਆਵੀ ਉਦਾਹਰਣ ਤੁਹਾਡੇ ਨਾਲ ਸਾਂਝੀ ਕਰਾਂ। ਕਈ ਵਾਰ ਇਹ ਗੁਰਮੁਖ ਵਿਚਾਰ ਕਰਦੇ ਨੇ ਕਿ ਭਾਈ ਹਰ ਵਿਸਾਖੀ ਤੇ ਅਸੀਂ ਇਤਿਹਾਸ ਸਰਵਣ ਕਰਦੇ ਹਾਂ, ਹਰ ਸਟੇਜ ਤੋਂ ਗੁਰਮਤ ਦੀਆਂ ਵਿਚਾਰਾਂ ਅਸੀਂ ਸਰਵਣ ਕਰਦੇ ਹਾਂ, ਉਹ ਵਾਰ ਵਾਰ ਰਿਪੀਟ ਹੋ ਰਹੀਆਂ ਨੇ ਜਾਂ ਵਾਰ ਵਾਰ ਦੁਹਰਾਈਆਂ ਜਾ ਰਹੀਆਂ ਨੇ, ਇਹਨਾਂ ਦਾ ਕੀ ਫਾਇਦਾ ਹੈ? ਕੋਈ ਨਵੀਂ ਗੱਲ ਸਾਨੂੰ ਚਾਹੀਦੀ ਹੈ। ਪਰ ਗੁਰਮੁਖੋ ਯਾਦ ਰੱਖਿਓ, ਸਵੇਰੇ ਉੱਠ ਕੇ ਬਰੱਸ਼ ਕਰਦੇ ਹੋ, ਦੰਦ ਸਾਫ ਕਰਦੇ ਹੋ, ਤੁਹਾਡੀ ਰੋਜ਼ਾਨਾ ਦੀ ਕਿਰਿਆ ਹੈ। ਤੇ ਜੇਕਰ ਮੈਂ ਕਿਸੇ ਗੁਰਮੁਖ ਨੂੰ ਇਹ ਉਦਾਹਰਣ ਦੇਵਾਂ, ਭਾਈ ਰੋਜ਼ ਰੋਜ਼ ਰਿਪੀਟੇਸ਼ਨ ਕਰ ਰਿਹਾ ਹੈ, ਰੋਜ਼ ਉੱਠ ਕੇ ਬਰੱਸ਼ ਕਰਦਾ, ਕੀ ਲੋੜ ਪਈ ਹੈ ਤੈਨੂੰ ਇੱਕ ਦਿਨ ਕਰ ਲਿਆ ਸੀ ਤੇ ਹਰ ਰੋਜ਼ ਉਸੇ ਕਾਰਜ ਨੂੰ ਕਿਉਂ ਦੁਹਰਾ ਰਿਹਾ ਹੈ? ਤੇ ਉਹ ਮੈਨੂੰ ਅੱਗੋਂ ਜਵਾਬ ਦੇਵੇਗਾ ਕਿ ਭਾਈ ਸਾਹਿਬ ਮੂੰਹ ਚੋਂ ਬਦਬੂ ਆਉਣ ਲੱਗ ਪਵੇਗੀ, ਮੇਰਾ ਮੂੰਹ ਸਾਫ ਰੱਖਣ ਵਾਸਤੇ ਮੈਨੂੰ ਇਹ ਕਿਰਿਆ ਦੁਹਰਾਉਣੀ ਪੈਣੀ ਹੈ, ਇਹ ਮੇਰਾ ਨਿਯਮ ਹੈ। ਸਰੀਰ ਨੂੰ ਚਲਾਉਣ ਵਾਸਤੇ ਪ੍ਰਸ਼ਾਦਾ ਛਕਣਾ ਪੈਣਾ ਹੈ, ਸਰੀਰਕ ਕਿਰਿਆ ਨਹੀਂ ਤੇ ਰੁਕ ਜਾਵੇਗੀ। ਇਸੇ ਹੀ ਤਰ੍ਹਾਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਜੋ ਬਾਣੀ ਦਾ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਹੈ ਤੇ ਗੁਰਬਾਣੀ ਦੇ ਨਾਲ ਜੋ ਸਾਡਾ ਇਤਿਹਾਸ ਹੈ ਉਸਨੂੰ ਵਾਰ ਵਾਰ ਸਰਵਣ ਕਰਨਾ, ਉਸਨੂੰ ਪੜ੍ਹਨਾ ਤੇ ਉਸਦੇ ਉੱਪਰ ਪਹਿਰਾ ਦੇਣਾ, ਉਹ ਸਾਨੂੰ ਚੱਲਦੇ ਰੱਖਣ ਵਾਸਤੇ, ਸਾਨੂੰ ਜਿਉਂਦੇ ਰੱਖਣ ਵਾਸਤੇ, ਸਾਡੇ ਮਨ ਦੇ ਵਿਕਾਰਾਂ ਨੂੰ ਸਾਫ਼ ਕਰਨ ਵਾਸਤੇ,
ਅਤਿ ਜ਼ਰੂਰੀ ਹੈ। ਜੇਕਰ ਉਸ ਤੋਂ ਟੁੱਟ ਜਾਵਾਂਗੇ ਅਤੇ ਕੁਛ ਨਵੀਆਂ ਗੱਲਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿਆਂਗੇ ਅਤੇ ਆਪਣੇ ਇਤਿਹਾਸ ਨੂੰ ਨਹੀਂ ਬਚਾਂਗੇ ਅਤੇ ਮਾਫ਼ ਕਰਿਓ ਗੁਰਮੁਖੋ, ਸਾਡੇ ਅੰਦਰੋਂ ਵੀ ਫਿਰ ਬਦਬੂ ਆਉਣੀ ਸ਼ੁਰੂ ਹੋ ਜਾਵੇਗੀ, ਜਿਹੜੀ ਕਿ ਸਟੇਜਾਂ ਤੋਂ ਅਸੀਂ ਆਮ ਸਰਵਣ ਕਰ ਲੈਂਦੇ ਹਾਂ ਗੁਰੂ ਦੇ ਉੱਪਰ ਤਰਕ ਦੇ ਰੂਪ ਦੇ ਵਿੱਚ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਲਹਿੰਦੇ ਵੱਲ ਪਾਣੀ ਦੇ ਕਰਕੇ ਇਹ ਸਿੱਖਿਆ ਦਿੱਤੀ ਕਿ ਭਾਈ ਉਸ ਨਿਰੰਕਾਰ ਦੇ, ਉਸ ਵਾਹਿਗੁਰੂ ਦੇ ਨਿਯਮਾਂ ਦੇ ਅੰਦਰ ਰਹਿਣਾ ਹੈ, ਆਪਣੇ ਵੱਲੋਂ ਬਣਾਏ ਹੋਏ ਝੂਠੇ ਨਿਯਮ ਤੇ ਲੋਕਾਂ ਨੂੰ ਉਲਝਾ ਕਰਕੇ ਆਪਣੀ ਪੇਟ ਪੂਰਤੀ ਦਾ ਸਾਧਨ ਜੋ ਬਣਾਇਆ ਹੋਇਆ ਹੈ ਉਸ ਨੂੰ ਛੱਡਣਾ ਪੈਣਾ ਹੈ। ਉਸ ਦਿਨ ਵੀ ਇਤਿਹਾਸਕਾਰ ਲਿਖਦੇ ਨੇ ਕਿ ਵਿਸਾਖੀ ਦਾ ਹੀ ਦਿਹਾੜਾ ਸੀ। ਉਸ ਤੋਂ ਅੱਗੇ ਆਪ ਜੀ ਨੂੰ ਲੈ ਕੇ ਚੱਲਾਂ, ਵਿਸਾਖ ਦੇ ਮਹੀਨੇ ਦੇ ਅੰਦਰ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਵੀ ਆਉਂਦਾ ਹੈ ਤੇ ਇਸ ਦੇ ਨਾਲ ਹੀ ਗੋਬਿੰਦਵਾਲ ਸਾਹਿਬ ਜੀ ਦੀ ਬੌਲੀ ਦਾ ਕੜ ਟੁੱਟਣਾ, ਉਹ ਵੀ ਵਿਸਾਖੀ ਦੀ ਸੰਗਰਾਂਦ ਦੇ ਉੱਪਰ, ਵਿਸਾਖੀ ਦੇ ਦਿਹਾੜੇ ਦੇ ਉੱਪਰ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਤੇ ਗੁਰਮੁਖੋ ਯਾਦ ਰੱਖਿਓ, ਜਿਹੜੇ ਉਸ ਵਕਤ ਸੇਵਾਵਾਂ ਕਰ ਰਹੇ ਸਨ ਤੇ ਜਿਹਨਾਂ ਨੇ ਬੌਲੀ ਦੀ ਖੁਦਾਈ ਵਾਸਤੇ ਸਾਰਾ ਕਾਰਜ ਕੀਤਾ, ਇਤਨਾ ਕਠਿਨ ਕੰਮ ਹੋ ਗਿਆ ਕਿ ਬੌਲੀ ਦਾ ਕੜ ਨਹੀਂ ਟੁੱਟ ਰਿਹਾ, ਤੇ ਉਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਗੁਰੂ ਸਾਹਿਬ ਕਾਰਜ ਬੜਾ ਔਖਾ ਹੋ ਚੁੱਕਾ ਹੈ, ਇਸ ਨੂੰ ਤੋੜਨਾ ਨਾਮੁਮਕਿਨ ਦੇ ਬਰਾਬਰ ਹੋ ਚੁੱਕਾ ਹੈ, ਪਰ ਜੇਕਰ ਕੋਈ ਕੋਸ਼ਿਸ਼ ਕਰੇਗਾ ਜਾਂ ਤੋੜਨਾ ਚਾਹੇਗਾ ਤੇ ਹੋ ਸਕਦਾ ਹੈ ਕਿ ਪਾਣੀ ਦਾ ਵਹਾਵ ਇੰਨਾ ਜ਼ਿਆਦਾ ਹੋਵੇ ਕਿ ਉਹ ਜਿਉਂਦਾ ਨਾ ਬਚੇ। ਗੁਰੂ ਸਾਹਿਬ ਜੀ ਦੇ ਉੱਪਰ ਭਰੋਸਾ ਤੇ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਉੱਪਰ ਦ੍ਰਿੜਤਾ, ਇਹਨਾਂ ਦੋਨਾਂ ਪੱਖਾਂ ਨੂੰ ਜੇਕਰ ਦੇਖਣਾ ਹੋਵੇ ਤੇ ਭਾਈ ਮਾਨਕ ਚੰਦ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਿੱਖ ਵੀ ਸੀ ਤੇ ਗੁਰੂ ਸਾਹਿਬ ਜੀ ਦੇ ਬਚਨਾਂ ਤੇ ਪਹਿਰਾ ਦੇਣ ਵਾਲਾ ਵੀ ਸੀ, ਗਲ ਵਿੱਚ ਪੱਲਾ ਪਾ ਕੇ ਅਰਦਾਸ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ ਆਪ ਜੀ ਦਾ ਹੁਕਮ ਹੋਵੇ ਤੇ ਆਪ ਜੀ ਦਾ ਇਹ ਸੇਵਾਦਾਰ ਥੱਲੇ ਉੱਤਰ ਕੇ ਇਸ ਕੜ ਨੂੰ ਤੋੜਨ ਦੀ ਸੇਵਾ ਨਿਭਾ ਸਕਦਾ ਹੈ, ਪਰ ਕਿਰਪਾ ਕਰਿਓ, ਮਿਹਰ ਕਰਿਓ, ਆਪਣਾ ਮਿਹਰਾ ਰੂਪੀ ਹੱਥ ਸਿਰ ਤੇ ਬਣਾਈ ਰੱਖਿਓ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਭਾਈ ਤੁਸੀਂ ਜਾਣਦੇ ਹੋ ਕਿ ਜੇਕਰ ਪਾਣੀ ਦਾ ਵਹਾਵ ਜ਼ਿਆਦਾ ਹੋਇਆ ਤੇ ਹੋ ਸਕਦਾ ਹੈ ਆਪਣਾ ਜੀਵਨ ਵੀ ਦਾਅ ਤੇ ਲਾਉਣਾ ਪਵੇ, ਪਰ ਉਸ ਗੁਰਸਿੱਖ ਦਾ ਭਰੋਸਾ, ਗੁਰੂ ਦੇ ਉੱਪਰ ਵਿਸ਼ਵਾਸ ਤੇ ਹਥੋੜੇ ਲੈ ਕਰਕੇ ਜਦੋਂ ਉਸਨੇ ਪਾਣੀ ਦੇ ਵਾਸਤੇ ਕੜ ਨੂੰ ਤੋੜਿਆ ਹੈ ਤੇ ਐਡੀ ਜ਼ੋਰ ਦਾ ਪਾਣੀ ਦਾ ਫੁਆਰਾ ਵੱਗਿਆ ਹੈ ਕਿ ਉਸ ਗੁਰਮੁਖ ਨੇ, ਭਾਈ ਮਾਨਕ ਚੰਦ ਨੇ ਉੱਥੇ ਹੀ ਆਪਣੇ ਸਵਾਸ ਤਿਆਗੇ ਨੇ ਤੇ ਉੱਥੇ ਆਪਣੀ ਕੁਰਬਾਨੀ ਕੀਤੀ ਹੈ, ਸ਼ਹੀਦ ਹੋ ਗਏ ਨੇ। ਉਪਰੰਤ ਉਸ ਭਾਈ ਮਾਨਕ ਚੰਦ ਦੀ ਮਾਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕਰਕੇ ਸਤਿਗੁਰ ਨੂੰ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀ, ਕੀ ਕੌਤਕ ਵਰਤਾਇਆ ਗਿਆ ਹੈ, ਮਾਨਕ ਚੰਦ ਉਸ ਦੇ ਪਾਣੀ ਦੇ ਵਹਾਵ ਦੇ ਅੰਦਰ ਡੁੱਬ ਚੁੱਕਾ ਹੈ, ਆਪਣੇ ਸਵਾਸ ਪੂਰੇ ਕਰ ਗਿਆ ਹੈ ਤੇ ਮੇਰੇ ਸਤਿਗੁਰ ਨੇ ਬਚਨ ਕੀਤੇ ਸਨ, ਬੀਬੀ ਡੁੱਬਦੇ ਹਮੇਸ਼ਾ ਪੱਥਰ ਨੇ, ਜਿਹੜੇ ਹੀਰੇ ਨੇ, ਜਿਹੜੇ ਮਾਨਕ ਨੇ ਉਹ ਕਦੇ ਡੁੱਬਦੇ ਨਹੀਂ, ਤੇਰਾ ਮਾਨਕ ਡੁੱਬਿਆ ਨਹੀਂ, ਗੁਰੂ ਦੇ ਬਚਨਾਂ ਦੇ ਉੱਪਰ ਭਰੋਸਾ ਰੱਖ ਕਰਕੇ ਪਹਿਰਾ ਦਿੰਦਿਆਂ ਹੋਇਆ ਇਹ ਪੂਰਨੇ ਪਾ ਗਿਆ ਹੈ ਕਿ ਜਿਹੜਾ ਗੁਰੂ ਦੇ ਨਾਲ ਲੱਗ ਗਿਆ, ਗੁਰੂ ਦਾ ਲੜ ਫੜ ਲਿਆ, ਗੁਰੂ ਦਾ ਪੱਲਾ ਫੜ ਲਿਆ, ਉਹ ਕਦੇ ਵੀ ਡੁੱਬ ਨਹੀਂ ਸਕਦਾ। ਦੁਨਿਆਵੀ ਰੂਪ ਦੇ ਵਿੱਚ ਭਾਵੇਂ ਉਹ ਡੁੱਬ ਗਿਆ ਹੋਵੇ, ਪਰ ਇਸ ਦੀ ਕਥਾ, ਇਸ ਦੀ ਗਾਥਾ ਸੁਣ ਕੇ ਆਉਣ ਵਾਲੀਆਂ ਸਦੀਆਂ ਤੱਕ ਕਈ ਮਨੁੱਖਾਂ ਨੂੰ ਗੁਰੂ ਦਾ ਇਤਿਹਾਸ ਉਤਾਰਨ ਦਾ ਕੰਮ ਕਰੇਗਾ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਜਿਸ ਦਿਨ ਬੌਲੀ ਦਾ ਕੜ ਟੁੱਟਾ ਉਸ ਦਿਨ ਵੀ ਵਿਸਾਖੀ ਦਾ ਹੀ ਦਿਹਾੜਾ ਸੀ। ਉਸ ਤੋਂ ਅੱਗੇ ਲੈ ਕੇ ਜਾਵਾਂ, ਗੁਰੂ ਦਾ ਇਤਿਹਾਸ ਤੇ ਗੁਰੂ ਦੀਆਂ ਸਾਖੀਆਂ। ਕੁਝ ਦਿਨ ਪਹਿਲਾਂ ਸੰਗਤਾਂ ਦੇ ਨਾਲ ਸਟੇਜ ਤੋਂ ਇਹ ਗੱਲ ਸਾਂਝੀ ਕੀਤੀ ਸੀ,
ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸਾਡੇ ਧੀਆਂ ਪੁੱਤਰਾਂ ਨੂੰ ਜੇਕਰ ਲਾਇਕ ਬਣਾਉਣਾ ਹੋਵੇ ਤੇ ਅਸੀਂ ਉਹਨਾਂ ਨੂੰ ਇਹ ਹਮੇਸ਼ਾ ਦੱਸਦੇ ਹਾਂ ਕਿ ਤੇਰੇ ਵੱਡੇ ਬਜ਼ੁਰਗ ਜਿਹੜੇ ਹੋ ਕੇ ਗਏ ਨੇ, ਤੇਰੇ ਬਾਬਾ ਜੀ, ਤੇਰੇ ਦਾਦਾ ਜੀ, ਤੇਰੇ ਨਾਨਾ ਜੀ, ਉਹ ਫੌਜ 'ਚ ਸਨ, ਉਹਨਾਂ ਨੇ ਕੀ ਕੁਝ ਕੀਤਾ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਧਰਤੀਆਂ 'ਤੇ ਆ ਕੇ ਆਪਣਾ ਜੀਵਨ ਕਠਿਨਾਈਆਂ ਦੇ ਨਾਲ ਕੱਢਿਆ ਹੈ ਅਤੇ ਅੱਜ ਆਪਾਂ ਇਸ ਮੰਜ਼ਿਲ 'ਤੇ ਪਹੁੰਚੇ ਹਾਂ। ਅਤੇ ਉਹਨਾਂ ਨੂੰ ਦੱਸਣ ਦਾ ਇਹ ਭਾਵ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪੂਰਵਜਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਹੱਡ ਬੀਤੀਆਂ ਸੁਣਾਉਂਦੇ ਹਾਂ ਅਤੇ ਉਹਨਾਂ ਦੇ ਮਨ ਅੰਦਰ ਇਹ ਭਾਵਨਾ ਪੈਦਾ ਹੁੰਦੀ ਹੈ ਕਿ ਜੇਕਰ ਸਾਡੇ ਬਜ਼ੁਰਗ ਇੰਨੀਆਂ ਤੰਗੀਆਂ ਤਕਲੀਫਾਂ ਝੱਲ ਕਰਕੇ ਇੱਥੇ ਤੱਕ ਪਹੁੰਚ ਸਕਦੇ ਨੇ ਅਤੇ ਅੱਜ ਸਾਡੇ ਕੋਲ ਇੰਨੇ ਸੁੱਖ ਸਾਧਨ ਨੇ ਅਤੇ ਅਸੀਂ ਉਹਨਾਂ ਵੱਲੋਂ ਕੀਤੀਆਂ ਹੋਈਆਂ ਕਮਾਈਆਂ ਨੂੰ ਅੱਗੇ ਵਧਾਈਏ। ਅਤੇ ਜਿਹੜੇ ਪੁੱਤਰ ਨੇ ਉਹ ਸਪੁੱਤਰ ਤਦ ਹੀ ਬਣਦੇ ਨੇ ਜਦੋਂ ਮਾਂ ਬਾਪ ਦੀ ਕੀਤੀ ਹੋਈ ਕਮਾਈ ਦੇ ਵਿੱਚ ਵਾਧਾ ਕਰਦੇ ਨੇ ਅਤੇ ਆਪਣੇ ਮਾਤਾ ਪਿਤਾ ਤੋਂ ਵੀ ਚਾਰ ਕਦਮ ਅੱਗੇ ਚੱਲਦੇ ਨੇ ਅਤੇ ਫਿਰ ਅਸੀਂ ਸ਼ਾਬਾਸ਼ ਵੀ ਦਿੰਦੇ ਹਾਂ ਕਿ ਇਸ ਨੇ ਵਾਕਈ ਹੀ ਆਪਣੇ ਮਾਤਾ ਪਿਤਾ ਦਾ ਨਾਮ ਉਹ ਰੋਸ਼ਨ ਕਰ ਦਿੱਤਾ ਹੈ ਅਤੇ ਉਸ ਵਕਤ ਉਹ ਪੁੱਤਰ ਤੋਂ ਸਪੁੱਤਰ ਬਣ ਜਾਂਦੇ ਨੇ। ਅਤੇ ਜਿਨ੍ਹਾਂ ਦੇ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਹੱਥ ਨਾ ਹੋਵੇ ਅਤੇ ਕਈ ਵਾਰ ਫਿਰ ਜੀਵਨ ਦੀ ਖੱਟੀ ਕਮਾਈ ਨੂੰ ਵੇਚ ਵੱਟ ਕੇ ਪੁੱਤਰ ਤੋਂ ਕਪੁੱਤਰ ਹੋਣ ਦਾ ਰੂਪ ਵੀ ਧਾਰਨ ਕਰ ਲੈਂਦੇ ਨੇ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਇਤਿਹਾਸ ਨੂੰ ਪੜ੍ਹਨਾ, ਉਸਨੂੰ ਸਰਵਣ ਕਰਨਾ ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਅਤੇ ਗੁਰੂ ਸਾਹਿਬ ਜੀ ਦੇ ਵੱਲੋਂ ਪਾਏ ਹੋਏ ਪੂਰਨਿਆਂ ਨੂੰ ਜਦੋਂ ਅਸੀਂ ਸਰਵਣ ਕਰਵਾਉਂਦੇ ਹਾਂ, ਬੱਚੇ ਸੁਣਦੇ ਨੇ, ਤਾਂ ਸਾਡੇ ਪੁੱਤਰਾਂ ਨੂੰ ਗੁਰੂ ਕੇ ਸਪੁੱਤਰ ਹੋਣ ਵਾਸਤੇ ਸਹਾਈ ਹੁੰਦੀਆਂ ਨੇ, ਸਾਨੂੰ ਬਲ ਬਖਸ਼ਦੀਆਂ ਨੇ। ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਜਿੱਥੇ ਵਿਸਾਖ ਦੇ ਮਹੀਨੇ ਦੇ ਅੰਦਰ ਅਨੇਕਾਂ ਪੱਖ ਸਾਡੇ ਨਾਲ ਜੁੜਦੇ ਹਨ, ਗੁਰੂ ਤੇ ਭਰੋਸੇ ਦੀ, ਸਿਦਕ ਦੀ, ਤੇ ਉਹ ਮੇਰੀ ਬਾਹ ਫੜ ਸਕਦਾ ਹੈ, ਮੈਨੂੰ ਡੁੱਬੇ ਹੋਏ ਨੂੰ ਤਾਰ ਸਕਦਾ ਹੈ, ਇਸ ਗੱਲ ਨੂੰ ਮਨ ਦੇ ਅੰਦਰ ਧਾਰ ਕਰਕੇ ਜਦੋਂ ਸਤਿਗੁਰ ਦੇ ਚਰਨਾਂ ਦੇ ਅੰਦਰ ਕੋਈ ਢਹਿੰਦਾ ਹੈ ਤੇ ਮੇਰਾ ਸਤਿਗੁਰੂ ਫਿਰ ਆਪ ਉਸ ਦੀ ਪ੍ਰਤੀਤ ਕਰਕੇ ਜਿੱਥੇ ਉਸਦੇ ਦੁੱਖ ਕਲੇਸ਼ ਨਾਸ਼ ਕਰਦਾ ਹੈ ਉੱਥੇ ਆਪਣੀ ਕਿਰਪਾ, ਆਪਣੀ ਮਿਹਰ ਦੀ ਨਜ਼ਰ ਵੀ ਉਹਦੇ ਤੇ ਪਾ ਦਿੰਦਾ ਹੈ। ਤੇ ਬੀਬੀ ਰਜਰੀ ਦਾ ਮੈਂ ਜ਼ਿਕਰ ਕਰਾਂ ਕਿ ਜਿਸ ਦੇ ਪਿਤਾ ਨੇ ਹੰਕਾਰ ਵਸ ਹੋ ਕਰਕੇ ਉਸਦਾ ਵਿਆਹ ਇੱਕ ਪਿੰਗਲੇ ਦੇ ਨਾਲ ਕਰ ਦਿੱਤਾ ਹੈ ਤੇ ਸਾਰੀ ਜ਼ਿੰਦਗੀ ਟੋਕਰੀ ਚੁੱਕ ਕਰਕੇ ਉਹ ਜਗ੍ਹਾ ਜਗ੍ਹਾ ਤੇ ਫਿਰਦੀ ਰਹੀ ਹੈ, ਕਿਸੇ ਨੇ ਉਸਦਾ ਦੁੱਖ ਨਹੀਂ ਵੰਡਾਇਆ, ਕਿਸੇ ਨੇ ਉਸਦੀ ਬਾਂਹ ਨਹੀਂ ਫੜੀ, ਤੇ ਜਦੋਂ ਅੱਜ ਵੀ ਦੁੱਖ ਭੰਜਨ ਬੇਰੀ ਦੇ ਥੱਲੇ ਜਾ ਕੇ ਜਿੱਥੇ ਅਸੀਂ ਇਸ਼ਨਾਨ ਕਰਦੇ ਹਾਂ, ਆਪਣੇ ਪਤੀ ਨੂੰ ਲੈ ਕਰਕੇ ਉਸ ਛੱਪੜੀ ਤੇ ਆਈ ਹੈ ਤੇ ਆਪਣੇ ਪਤੀ ਨੇ, ਉਸਨੇ ਜਦੋਂ ਸਰੋਵਰ ਦੇ ਵਿੱਚ ਉਸ ਛੱਪੜੀ ਦੇ ਵਿੱਚ ਇਸ਼ਨਾਨ ਕੀਤਾ ਹੈ, ਉਸਦੇ ਸਰੀਰ ਦੇ ਰੋਗ ਦੂਰ ਹੋ ਗਏ ਨੇ। ਸੋ ਇਤਿਹਾਸਕਾਰ ਦੱਸਦੇ ਨੇ ਕਿ ਉਸ ਦਿਨ ਵੀ ਵਿਸਾਖੀ ਦਾ ਹੀ ਦਿਹਾੜਾ ਸੀ। ਭਾਵੇਂ ਕਿ ਅੱਜ ਗੁਰੂ ਸਾਹਿਬ ਜੀ ਦੇ ਸਰੋਵਰਾਂ ਉੱਪਰ ਜਾਂ ਹੋਰ ਪੱਖਾਂ ਦੇ ਉੱਪਰ ਅਨੇਕਾਂ ਗੱਲਾਂ ਕੀਤੀਆਂ ਜਾਂਦੀਆਂ ਨੇ, ਪਰ ਗੁਰਮੁਖੋ ਫਲ ਉਸੇ ਨੂੰ ਲੱਗਦਾ ਹੈ ਜਿਸ ਦੀ ਭਾਵਨਾ ਹੋਵੇ ਤੇ ਜਿਸ ਦਾ ਭਰੋਸਾ ਹੋਵੇ। ਘਰ ਤੋਂ ਅਸੀਂ ਚੱਲਦੇ ਹਾਂ, ਕਿਸੇ ਸੱਜਣ ਮਿੱਤਰ ਰਿਸ਼ਤੇਦਾਰ ਦੇ ਕੋਲ ਜਾਣਾ ਹੋਵੇ, ਕੋਈ ਸਾਡੀ ਲੋੜ ਹੈ, ਕੋਈ ਸਾਡੀ ਗਰਜ਼ ਹੈ, ਤੇ ਅਸੀਂ ਸਭ ਤੋਂ ਪਹਿਲਾਂ ਸੋਚਦੇ ਹਾਂ ਵੀ ਕਿਹਦੇ ਕੋਲ ਜਾਇਆ ਜਾਵੇ ਜਾਂ ਕਿਸ ਨੂੰ ਫੋਨ ਕਰੀਏ। ਫਿਰ ਦੋ ਚੌਂ ਸੱਜਣਾਂ ਦਾ ਨਾਮ ਲੈ ਕੇ ਵਿਚਾਰ ਕਰਦੇ ਹਾਂ ਕਿ ਭਾਈ ਨਹੀਂ, ਉਹ ਫਲਾਣਾ ਬੰਦਾ ਹੈ, ਉਹ ਮੇਰੀ ਮਦਦ ਕਰ ਸਕਦਾ ਹੈ ਜਾਂ ਜਿਹੜੀ ਇਸ ਵਕਤ ਮੇਰੀ ਲੋੜ ਹੈ ਉਹ ਪੂਰੀ ਕਰ ਸਕਦਾ ਹੈ, ਕਿਉਂਕਿ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਹੜੀ ਮੇਰੀ ਜ਼ਰੂਰਤ ਹੈ ਉਹ ਜ਼ਰੂਰਤ ਪੂਰੀ ਕਰਨ ਵਾਸਤੇ ਉਸ ਸਾਹਮਣੇ ਵਾਲੇ ਵਿਅਕਤੀ ਦੇ ਪਾਸ ਤਾਕਤ ਵੀ ਹੈ ਅਤੇ ਉਹਦੇ ਕੋਲ ਜੇ ਧਨ ਮਾਇਆ ਦੀ ਗੱਲ ਕਰੀਏ ਜਾਂ ਕੋਈ ਹੋਰ ਜ਼ਰੂਰਤ ਦੀ ਗੱਲ ਕਰੀਏ ਤਾਂ ਉਹ ਪੂਰੀ ਕਰ ਸਕਦਾ ਹੈ, ਅਤੇ ਫਿਰ ਅਸੀਂ ਉਸ ਦੇ ਪਾਸ ਜਾ ਕੇ ਬੇਨਤੀ ਕਰਦੇ ਹਾਂ ਕਿਉਂਕਿ ਸਾਨੂੰ ਇਹ ਭਰੋਸਾ ਹੁੰਦਾ ਹੈ ਕਿ ਸ਼ਾਇਦ ਉਹ ਮੇਰੀ ਗੱਲ ਉਹ ਪੂਰੀ ਕਰ ਦੇਵੇਗਾ।
ਪਰ ਗੁਰਮੁਖੋ ਜੇਕਰ ਧਾਰਮਿਕ ਪੱਖ ਦੇ ਵੱਲ ਨਜ਼ਰ ਮਾਰੀਏ ਕਿ ਜਦੋਂ ਘਰ ਤੋਂ ਚੱਲਦੇ ਹਾਂ ਕਦੇ ਅਸੀਂ ਇਹ ਭਰੋਸਾ ਬਣਾ ਕੇ ਚੱਲੀਏ ਕਿ ਦੁਨੀਆਂ ਦੇ ਲੋਕ ਮੇਰੀ ਮਦਦ ਕਰਨ ਨਾ ਕਰਨ, ਕੋਈ ਮੇਰੀ ਬਾਂਹ ਫੜੇ ਨਾ ਫੜੇ, ਪਰ ਇੱਕ ਨਿਰੰਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਹਜ਼ੂਰ ਬੈਠਾ ਹੈ ਜੋ ਬਾਦਸ਼ਾਹਾਂ ਨੂੰ ਮਿੱਟੀ ਦੇ ਵਿੱਚ ਵੀ ਮਿਲਾ ਸਕਦਾ ਹੈ ਤੇ ਧਰਤੀ ਦੇ ਕੀੜਿਆਂ ਨੂੰ ਕਿਣਕਿਆਂ ਨੂੰ ਬਾਦਸ਼ਾਹੀ ਦਾਅਵਾ ਦੇ ਕੇ ਤਾਜ ਤਖਤ ਵੀ ਬਖਸ਼ ਸਕਦਾ ਹੈ ਜੇਕਰ ਮੇਰੀ ਲੋੜ ਪੂਰੀ ਕਰ ਸਕਦਾ ਹੈ ਤੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰੇਗਾ। ਤੇ ਉਸੇ ਤਰ੍ਹਾਂ ਜਦੋਂ ਬੀਬੀ ਰਜਨੀ ਨੇ ਭਰੋਸਾ ਰੱਖ ਕਰਕੇ ਗੁਰੂ ਦੇ ਚਰਨਾਂ ਦੇ ਅੰਦਰ ਅਰਦਾਸ ਬੇਨਤੀ ਕਰਕੇ ਆਪਣੇ ਪਤੀ ਦਾ ਇਸ਼ਨਾਨ ਕਰਾਇਆ ਹੈ ਤੇ ਉਹਦੇ ਦੁੱਖ ਦੂਰ ਹੋਏ ਨੇ, ਤੇ ਯਾਦ ਰੱਖਿਓ ਜੇਕਰ ਅੱਜ ਵੀ ਅਸੀਂ ਭਰੋਸਾ ਰੱਖ ਕੇ ਵਿਸ਼ਵਾਸ ਰੱਖ ਕੇ ਗੁਰੂ ਦੇ ਚਰਨਾਂ 'ਚ ਜਾਈਏ ਤੇ ਗੁਰੂ ਪ੍ਰਤੀਤ ਕਰਦਾ ਹੈ, ਪਰ ਦੁਨਿਆਵੀ ਗਿਆਨ ਮੁੱਖ ਰੱਖ ਕੇ ਕੇਵਲ ਤਰਕਬਾਜ਼ੀ ਦੇ ਵਿੱਚ ਅਸੀਂ ਜਾਵਾਂਗੇ ਤੇ ਗੁਰੂ ਪ੍ਰਤੀਤ ਉਹ ਨਹੀਂ ਕਰੇਗਾ। ਵੁਲਵਰਹੈਂਪਟਨ ਸ਼ਹਿਰ ਆਪ ਜੀ ਤੋਂ ਇੱਥੋਂ ਬਹੁਤਾ ਦੂਰ ਨਹੀਂ, ਇੱਕ ਬਚਨ ਸਾਂਝਾ ਕਰਕੇ ਮੈਂ ਅੱਗੇ ਚੱਲਾਂ। ਉੱਥੋਂ ਦੀ ਇੱਕ ਬੀਬੀ ਹੈ ਜਿਹੜੀ ਇਸ ਧਰਤੀ ਦੀ ਰਹਿਣ ਵਾਲੀ ਹੈ, ਅੰਗਰੇਜ਼ ਬੀਬੀ ਹੈ। ਦਾਸ ਨੂੰ ਮੌਕਾ ਮਿਲਿਆ ਹੈ ਗੱਲਬਾਤ ਕਰਨ ਦਾ ਤੇ ਉਸ ਗੁਰਮੁਖ ਪਰਿਵਾਰ ਦੇ ਨਾਲ ਮਿਲਣ ਦਾ ਜਿਹੜੇ ਉਸ ਬੀਬੀ ਦੇ ਨਾਲ ਬੱਚੀ ਕੰਮ ਕਰਦੀ ਸੀ, ਤੇ ਉਸ ਬੀਬੀ ਦਾ ਸਰੀਰਕ ਰੋਗ ਕਿਸੇ ਵੀ ਦਵਾਈ ਤੋਂ ਇਸ ਮੁਲਕ ਦੇ ਵਿੱਚ ਰਹਿੰਦਿਆਂ ਵੀ ਠੀਕ ਨਹੀਂ ਹੋਇਆ ਤੇ ਉਹ ਸਾਡੀ ਬੱਚੀ ਨੇ ਉਸਨੂੰ ਦੱਸਿਆ ਕਿ ਭਾਈ ਮੈਂ ਇੰਡੀਆ ਜਾ ਰਹੀ ਹਾਂ, ਮੇਰੇ ਨਾਲ ਚੱਲ, ਦਰਬਾਰ ਸਾਹਿਬ ਤੇਰੇ ਇਸ਼ਨਾਨ ਕਰਾ ਕੇ ਲਿਆਈਏ ਤੇ ਦੁਨਿਆਵੀ ਸ਼ਬਦ ਮੈਂ ਵਰਤ ਲਵਾਂ ਕਿ ਭਾਈ ਨਾਲੇ ਤਾਂ ਤੇਰੇ ਹੌਲੀਡੇ ਹੋ ਜਾਣਗੇ ਤੇ ਨਾਲੇ ਗੁਰੂ ਤੇ ਭਰੋਸਾ ਰੱਖ ਕੇ ਵੇਖ, ਜੇਕਰ ਦੁਨੀਆਂ ਦੇ ਡਾਕਟਰਾਂ ਤੋਂ ਤੇਰਾ ਹੱਲ ਨਹੀਂ ਹੋਇਆ, ਹੋ ਸਕਦਾ ਹੈ ਕਿ ਉਹ ਕੁੱਲ ਜਹਾਨ ਦਾ ਡਾਕਟਰ ਉਹ ਮੇਰਾ ਸਤਿਗੁਰੂ ਤੇਰਾ ਦੁੱਖ ਦੂਰ ਕਰ ਦੇਵੇ। ਤੇ ਉਸ ਬੀਬੀ ਨੇ ਉਸ ਲੜਕੀ ਦੇ ਨਾਲ ਜਾ ਕਰਕੇ ਦਰਬਾਰ ਸਾਹਿਬ ਮੱਥਾ ਟੇਕਿਆ, ਇਸ਼ਨਾਨ ਕੀਤਾ ਹੈ ਤੇ ਅੱਜ ਵੀ ਉਹ ਬੀਬੀ ਜਿਉਂਦੀ ਜਾਗਦੀ ਹੈ, ਆਪ ਜੀ ਮਿਲ ਸਕਦੇ ਹੋ। ਤੇ ਉਸਨੇ ਆਣ ਕੇ ਇਹ ਗੱਲ ਦੱਸੀ ਹੈ ਕਿ ਮੇਰਾ ਰੋਗ ਕਿਤਿਓ ਠੀਕ ਨਹੀਂ ਹੋਇਆ, ਪਰ ਦਰਬਾਰ ਸਾਹਿਬ ਇਸ਼ਨਾਨ ਕੀਤੀ ਹੈ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਮੇਰੇ ਤੇ ਕਿਰਪਾ ਕਰਕੇ ਮੇਰਾ ਸਰੀਰਕ ਰੋਗ ਦੂਰ ਕੀਤਾ ਹੈ। ਗੁਰਮੁਖ ਪਿਆਰਿਓ, ਕਹਿਣ ਤੋਂ ਭਾਵ ਜਿਸ ਗੁਰੂ ਦੇ ਧਰਮ ਦੇ ਅੰਦਰ, ਜਿਸ ਗੁਰੂ ਦੀਆਂ ਸਿੱਖਿਆਵਾਂ ਦੇ ਵਾਰਸ ਹੋਣ ਦੇ ਨਾਤੇ ਅਸੀਂ ਉਸ ਗੁਰੂ ਦੇ ਸਿੱਖ ਕਹਾਉਂਦੇ ਹਾਂ, ਤੇ ਅੱਜ ਦੁਖਾਂਤ ਕਿ ਅਸੀਂ ਉਸ ਗੁਰੂ ਨੂੰ ਮੰਨਣ ਤੋਂ ਇਨਕਾਰੀ, ਤੇ ਜਿਹੜੇ ਦੂਜੇ ਧਰਮਾਂ ਦੇ ਲੋਕ ਉਹ ਅੱਜ ਵੀ, ਅੱਜ ਦੇ ਇਸ 21ਵੀਂ ਸਦੀ ਦੇ ਅੰਦਰ ਵੀ ਉਸ ਗੁਰੂ ਤੇ ਭਰੋਸਾ ਰੱਖ ਕੇ ਆਪਣੀਆਂ ਖੁਸ਼ੀਆਂ ਲੈ ਰਹੇ ਹਨ, ਤੇ ਫਿਰ ਅਸੀਂ ਗੁਰੂ ਤੋਂ ਬੇਮੁੱਖ ਕਿਉਂ ਹੋਈਏ? ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜਿੱਥੇ ਬੀਬੀ ਰਜਨੀ ਦੇ ਪਤੀ ਦਾ ਦੁੱਖ ਦੂਰ ਹੋਇਆ ਵਿਸਾਖੀ ਦੇ ਦਿਨ। ਉਸ ਤੋਂ ਅੱਗੇ ਲੈ ਕੇ ਜਾਵਾਂ, ਸਤਿਗੁਰ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਬਚਨ ਕੀਤਾ ਹੈ, ਬਾਬਾ ਵਸੇ ਗ੍ਰਾਮ ਬਕਾਲੇ, ਜਿਸ ਦਿਨ ਇਹ ਬਚਨ ਕੀਤਾ ਗਿਆ, ਇਸ਼ਾਰਾ ਕੀਤਾ ਗਿਆ ਹੈ ਕਿ ਆਉਣ ਵਾਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਪ੍ਰਚਾਰ ਕਰਨ ਵਾਸਤੇ ਅਗਲੀ ਜੋਤ ਸਰੀਰਕ ਰੂਪ ਦੇ ਵਿੱਚ ਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੱਭਣਾ ਹੈ ਤੇ ਬਕਾਲੇ ਜਾ ਕੇ ਲੱਭਣਾ ਪਵੇਗਾ। ਉਸ ਦਿਨ ਵੀ ਵਿਸਾਖੀ ਦਾ ਦਿਹਾੜਾ ਸੀ। ਸੋ ਗੁਰਮੁਖੋ, ਵਿਸਾਖੀ ਅਨੇਕਾਂ ਪੱਖਾਂ ਤੋਂ ਸਿੱਖ ਇਤਿਹਾਸ ਦੇ ਨਾਲ ਜੁੜੀ ਰਹੀ ਹੈ। ਸਮੇਂ ਦੀ ਇਸ਼ਾਰੇ ਦੇ ਵਿੱਚ ਰਹਿੰਦਿਆਂ ਹੋਇਆਂ ਥੋੜ੍ਹਾ ਸੰਖੇਪ ਰੂਪ ਦੇ ਵਿੱਚ ਆਪ ਜੀ ਨੂੰ ਅੱਗੇ ਤੋਰਾਂ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ਼ਾਰਾ ਕਰ ਕਰਕੇ ਦੱਸਿਆ ਹੈ ਕਿ ਬਕਾਲੇ ਨਗਰ ਦੇ ਅੰਦਰ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਵਿਰਾਜਮਾਨ ਹੈ, ਵਿਸਾਖੀ ਦਾ ਦਿਹਾੜਾ। ਉਸ ਤੋਂ ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਜੀ ਦੇ ਰਚਾਏ ਹੋਏ ਕੌਤਕ ਤੇ ਆਪ ਜੀ ਨੂੰ ਲੈ ਕੇ ਜਾਵਾਂ। 1699 ਦੀ ਉਹ ਵਿਸਾਖੀ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਮੁਰਦਿਆਂ ਨੂੰ ਸੁਰਜੀਤ ਕੀਤਾ ਹੈ, ਸੀਸ ਲੈ ਕਰਕੇ ਖੰਡੇ ਬਾਟੇ ਦੀ ਪੌਲ ਛਕਾ ਕਰਕੇ ਕਿਰਪਾ ਕੀਤੀ ਹੈ ਕਿ ਬੋਲ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਉਸ ਨਿਰੰਕਾਰ ਦੇ ਨਾਲ ਜੋੜਿਆ ਹੈ। ਉਸ ਪੱਖ ਨੂੰ ਆਪ ਜੀ ਦੇ ਨਾਲ ਸਾਂਝਾ ਕਰਾਂ, ਥੋੜ੍ਹਾ ਅੱਗੇ ਚੱਲ ਕੇ ਇਸ ਨੂੰ ਵਿਸਥਾਰ ਦੇ ਨਾਲ ਖੋਲ੍ਹਣਾ ਚਾਹਾਂਗਾ। ਉਸ ਤੋਂ ਉਪਰੰਤ ਜਦੋਂ ਸਮੇਂ ਨੇ ਕਰਵਟ ਬਦਲੀ ਹੈ, ਗੁਰਸਿੱਖਾਂ ਦੇ ਜੀਵਨ ਵੱਲ ਧਿਆਨ ਦਵਾਉਣਾ ਚਾਹਵਾਂ। 1721 ਦੀ ਉਹ ਵਿਸਾਖੀ ਜਦੋਂ ਗੁਰੂ ਕਲਗੀਧਰ ਪਿਤਾ ਜੀ ਦੇ ਉਹ ਗੁਰਸਿੱਖ ਬੰਦਈ ਖਾਲਸਾ ਅਤੇ ਤੱਤ ਖਾਲਸਾ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਉੱਪਰ ਵਾਹਿਗੁਰੂ ਦਰਬਾਰ ਸਾਹਿਬ ਦੇ ਵਿੱਚ ਗੁਰਸਿੱਖਾਂ ਦਾ ਆਪਸੀ ਮਤਭੇਦ ਹੋਇਆ ਹੈ ਅਤੇ ਉਸ ਸਮੇਂ ਭਾਈ ਮਨੀ ਸਿੰਘ ਜੀ ਹੁਣਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਫਤਿਹ ਦਰਸ਼ਨ ਅਤੇ ਵਾਹਿਗੁਰੂ ਜੀ ਕੀ ਫਤਿਹ ਦੋ ਪਰਚੀਆਂ ਲਿਖ ਕਰਕੇ ਹਰ ਕੀ ਪੌੜੀ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਤਾਰੀਆਂ ਨੇ ਅਤੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਸਿੱਖਾਂ ਦਾ ਮਨ ਮੁਟਾਵ, ਸਿੱਖਾਂ ਦਾ ਭੁਲੇਖਾ ਦੂਰ ਕਰਨ ਵਾਸਤੇ ਕਿਰਪਾ ਕਰੋ, ਜਿਹੜੀ ਪਰਚੀ ਤਰਕੇ ਉੱਪਰ ਆ ਜਾਵੇ ਉਸ ਨੂੰ ਸੱਤ ਮੰਨਿਆ ਜਾਵੇ। ਅਤੇ ਇਤਿਹਾਸਕਾਰ ਲਿਖਦੇ ਨੇ ਕਿ ਦੋਵੇਂ ਪਰਚੀਆਂ ਪਹਿਲਾਂ ਡੁੱਬੀਆਂ ਨੇ ਅਤੇ ਗੁਰੂ ਕੇ ਸਿੱਖ ਨੇ ਫਿਰ ਅਰਦਾਸ ਕੀਤੀ, ਬੇਨਤੀ ਕੀਤੀ ਹੈ ਕਿ ਸਤਿਗੁਰੂ ਇਸ ਵਕਤ ਪੰਥ ਦੀ ਰੱਖਣ ਵਾਲਾ ਤੂੰ ਹੈ, ਪੰਥ ਸਾਜਣ ਵਾਲਾ ਤੂੰ ਹੈ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਿਰਪਾ ਕਰੋ, ਮਿਹਰ ਕਰੋ। ਅਤੇ ਉਸ ਵਕਤ ਪਰਤੀ ਜਿਹੜੀ ਤਰਕੇ ਉੱਪਰ ਆਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਨਿਰਣਾ ਕੀਤਾ ਹੈ, ਉਹ ਦਿਨ ਵੀ ਵਿਸਾਖੀ ਦਾ ਦਿਨ ਹੀ ਸੀ। ਸੋ ਵਿਸਾਖੀ ਅਨੇਕਾਂ ਪੱਖਾਂ ਦੇ ਨਾਲ ਜਿੱਥੇ ਸਾਡੇ ਵਾਸਤੇ ਗੁਰਮਤ ਦੇ ਫੈਸਲੇ ਸਿੱਖਾਂ ਦੀਆਂ ਦੁਵਿਧਾਵਾਂ ਦੂਰ ਕਰਦੀ ਆਈ ਹੈ, ਉੱਥੇ ਉਸ ਤੋਂ ਅੱਗੇ ਆਪਾਂ ਚੱਲੀਏ ਕਿ ਵਿਸਾਖੀ ਜਿੱਥੇ 1721 ਦਾ ਆਪਾਂ ਜ਼ਿਕਰ ਕੀਤਾ ਹੈ, 1748 ਦੀ ਉਹ ਵਿਸਾਖੀ ਜਦੋਂ ਨਵਾਬ ਕਪੂਰ ਸਿੰਘ ਹੁਣਾਂ ਨੇ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਸਰਬੱਤ ਖਾਲਸਾ ਕੀਤਾ ਹੈ ਅਤੇ ਸਰਬੱਤ ਖਾਲਸੇ ਨੂੰ ਇਕੱਤਰ ਹੋ ਕਰਕੇ ਆਪੋ ਆਪਣੀਆਂ ਜਥੇਬੰਦੀਆਂ, ਆਪੋ ਆਪਣੀਆਂ ਧੜੇਬੰਦੀਆਂ ਨੂੰ ਖਤਮ ਕਰਕੇ ਗੁਰੂ ਕੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਗੁਰਸਿੱਖਾਂ ਦਾ ਖਾਲਸੇ ਦਾ ਇੱਕ ਰੂਪ ਇੱਕ ਮਿਕ ਹੋ ਕਰਕੇ ਕਾਰਜ ਕਰਨ ਵਾਸਤੇ ਬੇਨਤੀਆਂ ਕੀਤੀਆਂ ਹਨ ਅਤੇ ਦਲ ਖਾਲਸਾ ਜੀ ਦੀ ਸਥਾਪਨਾ ਉਸ ਦਿਨ ਕੀਤੀ ਗਈ। ਉਹ ਦਿਹਾੜਾ ਵੀ ਵਿਸਾਖੀ ਦਾ ਸੀ। ਤੇ ਗੁਰਮੁਖੋ ਉਸ ਤੋਂ ਅੱਗੇ ਚੱਲੀਏ, 1763 ਦਾ ਜੇ ਮੈਂ ਜ਼ਿਕਰ ਕਰਾਂ ਕਿ ਇੱਕ ਬ੍ਰਾਹਮਣ ਜਿਸਦੀ ਘਰਵਾਲੀ ਨੂੰ, ਜਿਸਦੀ ਬੀਬੀ ਨੂੰ ਸਮੇਂ ਦੇ ਹਾਕਮ ਚੁੱਕ ਕੇ ਲੈ ਗਏ ਨੇ ਅਤੇ ਵਿਸਾਖੀ ਵਾਲੇ ਦਿਨ ਖਾਲਸੇ ਦੀ ਇਕੱਤਰਤਾ ਤੇ ਹੀ ਉਸ ਬ੍ਰਾਹਮਣ ਨੇ ਆਣ ਕੇ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਫਰਿਆਦ ਕੀਤੀ ਕਿ ਪੁਰਾਤਨ ਇਤਿਹਾਸ ਇਹ ਦੱਸਦਾ ਹੈ ਕਿ ਗੁਰੂ ਕਾ ਖਾਲਸਾ ਮਜ਼ਲੂਮਾਂ ਦੀ ਰਾਖੀ ਕਰਦਾ ਰਿਹਾ ਹੈ, ਮਜ਼ਲੂਮਾਂ ਦੇ ਹੱਕ ਦਵਾਉਂਦਾ ਰਿਹਾ ਹੈ। ਅੱਜ ਮੇਰੀ ਬੀਬੀ ਮੇਰੀ ਘਰਵਾਲੀ ਨੂੰ ਜਿੱਥੇ ਹਾਕਮ ਚੁੱਕ ਕੇ ਲੈ ਗਏ ਨੇ ਉਹਨਾਂ ਨੂੰ ਛਡਾਉਣ ਵਾਸਤੇ ਕੋਈ ਪੇਸ਼ ਨਹੀਂ ਚੱਲ ਰਹੀ, ਕੋਈ ਬਲ ਨਹੀਂ ਚੱਲ ਰਿਹਾ ਅਤੇ ਮੈਂ ਗੁਰੂ ਖਾਲਸੇ ਦੇ ਅੱਗੇ ਬੇਨਤੀ ਕਰਦਾ ਕਿ ਇਸ ਵਕਤ ਮੇਰੀ ਬਾਂਹ ਫੜੀ ਜਾਵੇ। ਅਤੇ ਉਸ ਇਤਿਹਾਸਿਕ ਵਿਸਾਖੀ ਦੇ ਦਿਨ ਵੀ ਗੁਰੂ ਕੇ ਸਿੱਖਾਂ ਨੇ ਗੁਰੂ ਦੇ ਬਚਨਾਂ ਦੇ ਪਹਿਰਾ ਦਿੰਦਿਆਂ ਹੋਇਆ ਉਸਦੀ ਘਰਵਾਲੀ, ਉਸਦੀ ਬੀਬੀ ਉਸਨੂੰ ਛਡਵਾ ਕੇ ਦਿੱਤੀ। ਅਤੇ ਉਸ ਤੋਂ ਅੱਗੇ ਆਪ ਜੀ ਦਾ ਧਿਆਨ ਲੈ ਕੇ ਜਾਵਾਂ, ਜਿੱਥੇ ਨਵਾਬ ਕਪੂਰ ਸਿੰਘ ਜੀ ਦੀ ਆਪਾਂ ਗੱਲ ਕੀਤੀ ਹੈ, ਉੱਥੇ ਸਿੱਖ ਇਤਿਹਾਸ ਦੇ ਸੁਲਤਾਨੇ ਉਲ ਕੌਮ ਜੱਸਾ ਸਿੰਘ ਜੀ, ਜਿਹਨਾਂ ਦਾ ਨਾਮ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਆਉਂਦਾ ਹੈ। ਸੋ ਜਦੋਂ ਨਵਾਬ ਕਪੂਰ ਸਿੰਘ ਜੀ ਹੁਣੀ ਘੋੜਿਆਂ ਦੀ ਸੇਵਾ ਕਰਦਿਆਂ, ਘੋੜਿਆਂ ਦੀ ਲਿੱਧ ਚੁੱਕਣ ਦੀ ਸੇਵਾ ਕਰਦੇ ਨੇ, ਛੋਟੀ ਅਵਸਥਾ ਦੇ ਵਿੱਚ, ਬਾਲ ਅਵਸਥਾ ਦੇ ਵਿੱਚ ਜੱਸਾ ਸਿੰਘ ਨੂੰ ਨਾਲ ਲੈ ਕੇ ਆਏ ਨੇ ਅਤੇ ਜੱਸਾ ਸਿੰਘ ਵੀ ਘੋੜਿਆਂ ਨੂੰ ਦਾਣਾ ਪੱਠਾ ਪਾਉਣ ਦਾ ਕੰਮ ਕਰਦਾ ਹੈ। ਅਤੇ ਆਪ ਜੀ ਜਾਣਦੇ ਹੋ ਕਿ ਗੁਰੂ ਕੀਆਂ ਲਾਡਲੀਆਂ ਫੌਜਾਂ, ਗੁਰੂ ਕੇ ਨਿਹੰਗ ਸਿੰਘ
ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇੱਕ ਐਸੀ ਬਖਸ਼ਿਸ਼ ਐਸੀ ਕਿਰਪਾ ਦੇ ਸਤਿਗੁਰ ਦੇ ਗੁਰਸਿੱਖ ਹਨ ਕਿ ਇਹਨਾਂ ਦੀ ਮੌਜ ਅਤੇ ਇਹਨਾਂ ਦੇ ਕਾਰਜ ਉਹ ਕਈ ਵਾਰ ਸਾਨੂੰ ਦੁਨਿਆਵੀ ਰੂਪ ਦੇ ਵਿੱਚ ਵੱਖਰੇ ਲੱਗਦੇ ਨੇ, ਪਰ ਅਸਲ ਰੂਪ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬਾਣੀਆਂ ਨੂੰ ਸਾਂਭਣ ਵਾਲੇ, ਬਾਣੀ 'ਤੇ ਪਹਿਰਾ ਦੇਣ ਵਾਲੇ, ਗ੍ਰੰਥਾਂ ਨੂੰ ਪੜ੍ਹਨ ਵਾਲੇ ਅਤੇ ਗੁਰੂ ਤੋਂ ਬਗੈਰ ਕਿਸੇ ਹੋਰ ਵੀ ਦੁੱਖੀ ਤਿੱਕੀ ਦੀ ਅਧੀਨਗੀ ਨਾ ਮੰਨਣ ਵਾਲੇ ਜੇਕਰ ਕੋਈ ਅੱਜ ਗੁਰਸਿੱਖ ਹਨ ਤਾਂ ਉਹ ਗੁਰੂ ਕੇ ਨਿਹੰਗ ਸਿੰਘ ਹੀ ਨੇ। ਸੋ ਸੇਵਾ ਕਰਦੇ ਨੇ ਅਤੇ ਮੌਜ ਮਸਤੀ ਦੇ ਵਿੱਚ ਬੱਚਾ ਛੋਟਾ ਹੈ, ਕੋਈ ਠੋਲਾ ਮਾਰ ਜਾਂਦਾ ਹੈ, ਕੋਈ ਕੁਝ ਕਹਿ ਜਾਂਦਾ ਹੈ, ਕੋਈ ਕੁਝ ਕਹਿ ਜਾਂਦਾ ਹੈ, ਅਤੇ ਹਿੰਦੀ ਬੋਲੀ ਹੋਣ ਕਾਰਨ ਕਈ ਵਾਰ ਮਜ਼ਾਕ ਵੀ ਕਰ ਦਿੰਦੇ ਨੇ ਕਿ ਹਮਕੋ ਤੁਮਕੋ ਕਰਕੇ ਬੋਲਦੇ ਨੇ। ਅਤੇ ਜੱਸਾ ਸਿੰਘ ਜੀ ਨੇ ਨਵਾਬ ਕਪੂਰ ਸਿੰਘ ਨੂੰ ਬੇਨਤੀ ਕੀਤੀ ਕਿ ਅੱਜ ਤੋਂ ਬਾਅਦ ਮੈਂ ਨਹੀਂ ਇੱਥੇ ਰਹਿਣਾ ਚਾਹੁੰਦਾ, ਮੈਂ ਇੱਥੇ ਸੇਵਾ ਨਹੀਂ ਕਰਨੀ ਚਾਹੁੰਦਾ, ਮੇਰਾ ਮਖੌਲ ਬਣਾ ਜਾਂਦੇ ਨੇ, ਮੇਰੇ ਨਾਲ ਟਿਚਰਾ ਕਰ ਜਾਂਦੇ ਨੇ। ਅਤੇ ਨਵਾਬ ਕਪੂਰ ਸਿੰਘ ਜੀ ਹੋਣਾ ਨੇ ਉਹਨਾਂ ਨੂੰ ਦੱਸਿਆ ਕਿ ਭਾਈ ਡੋਲੀ ਨਾ, ਮੇਰੇ ਵੱਲ ਵੇਖ ਲੈ, ਘੋੜੇ ਦੀ ਲਿੱਦ ਚੁੱਕਣ ਵਾਲਿਆਂ ਨੂੰ ਇਹਨਾਂ ਨੇ ਨਵਾਬੀਆਂ ਬਖਸ਼ੀਆਂ ਨੇ, ਗੁਰੂ ਕੇ ਖਾਲਸੇ ਦੀ ਗੁਰੂ ਕੇ ਘੋੜਿਆਂ ਦੀ ਸੇਵਾ ਨਾ ਛੱਡੀ, ਜੋ ਮਰਜ਼ੀ ਕਰੀ ਜਾਣ, ਸਮਾਂ ਆਵੇਗਾ ਇਹ ਤੈਨੂੰ ਤਖ਼ਤ ਦਾ ਬਾਦਸ਼ਾਹ ਬਣਾ ਦੇਣਗੇ, ਅਤੇ ਸਮਾਂ ਆਇਆ ਕਿ ਸੁਲਤਾਨੇ ਉਲ ਕੌਮ ਦਾ ਰੁਤਬਾ ਉਸ ਜੱਸਾ ਸਿੰਘ ਨੂੰ ਮਿਲਿਆ। ਸੋ ਮੈਂ ਧਿਆਨ ਆਪ ਜੀ ਦਾ ਲਵਾਉਣਾ ਚਾਹੁੰਦਾ ਕਿ ਗੁਰੂ ਦੇ ਬਾਣੀ ਦੇ ਉੱਪਰ ਭਰੋਸਾ ਅਤੇ ਵਿਸ਼ਵਾਸ ਰੱਖ ਕਰਕੇ ਜਿਹਨਾਂ ਨੇ ਔਖੇ ਸਮੇਂ ਦੇ ਅੰਦਰ ਵੀ ਗੁਰੂ ਦਾ ਪੱਲਾ ਨਹੀਂ ਛੱਡਿਆ, ਇਹ ਗੁਰੂ ਹੀ ਹੈ, ਗੁਰੂ ਦਾ ਖਾਲਸਾ ਪੰਥ ਹੀ ਹੈ, ਜੋ ਨਵਾਬੀਆਂ ਵੀ ਬਖਸ਼ ਦਿੰਦਾ ਹੈ, ਤਾਜ ਵੀ ਬਖਸ਼ ਦਿੰਦਾ ਹੈ, ਅਤੇ ਜਦੋਂ ਲੋੜ ਪੈਂਦੀ ਹੈ ਸੋ 17 ਵਾਰ ਦਿੱਲੀ ਦੀਆਂ ਗੋਡੀਆਂ ਲਵਾ ਕਰਕੇ ਖਾਲਸਾ ਇਹ ਨਿਸ਼ਾਨ ਵੀ ਚੁਲਾ ਦਿੰਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਜਿੱਥੇ ਵਿਸਾਖੀ ਦੇ ਅੰਦਰ, ਵੈਸਾਖ ਦੇ ਮਹੀਨੇ ਦੇ ਅੰਦਰ, ਵੈਸਾਖ ਦੇ ਦਿਹਾੜੇ ਦੇ ਨਾਲ ਅਨੇਕਾਂ ਸਾਡੇ ਪੱਖ ਜੁੜਦੇ ਹਨ, ਅਤੇ ਉਸ ਤੋਂ ਅੱਗੇ ਆਪ ਜੀ ਨੂੰ ਲੈ ਕੇ ਜਾਵਾਂ ਖਾਲਸਾ ਪੰਥ ਦੀ ਸਿਰਜਣਾ 'ਤੇ ਮੈਂ ਆਪਣੇ ਆਖਰੀ ਕੁਝ ਕੁ ਮਿੰਟਾਂ ਦੇ ਵਿੱਚ ਜ਼ਿਕਰ ਕਰਨਾ ਚਾਹਾਂਗਾ, ਕਿਉਂਕਿ ਅੱਜ ਸਾਰਾ ਦਿਨ ਨਗਰ ਕੀਰਤਨ ਦੇ ਵਿੱਚ ਵੀ ਅਤੇ ਗੁਰੂਕੀਆਂ ਸਟੇਜਾਂ ਤੋਂ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਉਪਮਾ ਹੁੰਦੀ ਰਹੀ ਹੈ। ਉਹ ਪੱਖ ਸਾਡੇ ਵਾਸਤੇ ਅੱਤ ਜ਼ਰੂਰੀ ਅਤੇ ਜਿਸ ਦੀ ਗੱਲ ਕਰਨੀ ਹਰ ਸਿੱਖ ਦਾ ਫਰਜ਼ ਵੀ ਹੈ, ਧਰਮ ਵੀ ਹੈ, ਪਰ ਮੈਂ ਥੋੜ੍ਹਾ ਜਿਹਾ ਧਿਆਨ ਇਸ ਕਰਕੇ ਉਸ ਪੱਖ ਤੋਂ ਲਾਂਭੇ ਲਿਜਾ ਰਿਹਾ ਕਿ ਜਿਹੜੇ ਬਾਕੀ ਵੀ ਅਣਗੌਲੇ ਪੱਖ ਹਨ, ਵਿਸਾਖੀ ਦੇ ਨਾਲ ਸੰਬੰਧਿਤ ਸਾਡੇ ਦਿਹਾੜੇ ਹਨ, ਉਹਨਾਂ ਬਾਰੇ ਵੀ ਜ਼ਰੂਰ ਸਾਨੂੰ ਜਾਣਕਾਰੀ ਸਾਨੂੰ ਪਤਾ ਹੋਣਾ ਚਾਹੀਦਾ। ਸੋ ਜਿੱਥੇ 1763 ਦੀ ਆਪਾਂ ਗੱਲ ਕੀਤੀ ਹੈ, ਉਸ ਤੋਂ ਅੱਗੇ ਲੈ ਕੇ ਜਾਵਾਂ ਵਿਸਾਖੀ 1919, ਜਲਿਆਂ ਵਾਲੇ ਬਾਗ ਦਾ ਉਹ ਸਾਕਾ ਜਿਸ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਇਸ ਇੰਗਲੈਂਡ ਦੀ ਧਰਤੀ 'ਤੇ ਆਣ ਕੇ ਲਿਆ ਹੈ। ਸੋ ਉਹ ਵਿਸਾਖੀ ਵੀ ਸਿੱਖਾਂ ਨੂੰ ਕਦੇ ਭੁੱਲ ਨਹੀਂ ਸਕਦੀ, ਜਿਸ ਦਿਨ ਗੁਰੂ ਕੇ ਪਿਆਰੇ, ਗੁਰੂ ਦਾ ਨਾਮ ਲੈਣ ਵਾਲੇ ਅਤੇ ਜ਼ੁਲਮ ਤੋਂ ਤੰਗ ਆ ਕਰਕੇ ਆਪਣੇ ਹੱਕਾਂ ਵਾਸਤੇ ਗੱਲ ਕਰਨ ਵਾਸਤੇ, ਆਵਾਜ਼ ਬੁਲੰਦ ਕਰਨ ਵਾਸਤੇ ਜਲਿਆਂ ਵਾਲੇ ਬਾਗ ਦੇ ਅੰਦਰ ਇਕੱਤਰ ਹੋਏ ਨੇ। ਸੋ ਵਿਸਾਖੀ 1919 ਉਹ ਵੀ ਸਿੱਖ ਇਤਿਹਾਸ ਦਾ ਇੱਕ ਅਹਿਮ ਪੱਖ ਹੈ, ਜਿੱਥੇ ਅਨੇਕਾਂ ਕੁਰਬਾਨੀਆਂ ਹੋਈਆਂ ਨੇ, ਸ਼ਹਾਦਤਾਂ ਹੋਈਆਂ ਨੇ, ਅਤੇ ਉਹਨਾਂ ਸ਼ਹਾਦਤਾਂ ਦੇ ਪਿੱਛੇ, ਉਹਨਾਂ ਕੁਰਬਾਨੀਆਂ ਦੇ ਪਿੱਛੇ ਪੱਖ ਕੀ ਸੀ? ਹੱਕ ਅਤੇ ਸੱਚ ਦੀ ਗੱਲ, ਆਜ਼ਾਦ ਹਸਤੀ ਦੀ ਗੱਲ, ਕਿਸੇ ਦੇ ਗੁਲਾਮ ਨਹੀਂ ਰਹਿਣਾ, ਜਿਹੜਾ ਸਰੂਪ ਗੁਰੂ ਖਾਲਸਾ ਸੱਚੇ ਪਾਤਸ਼ਾਹ ਨੂੰ ਗੁਰੂ ਕਲਗੀਧਰ ਪਿਤਾ ਨੇ ਬਖਸ਼ਿਸ਼ ਕੀਤਾ ਸੀ। ਸ਼ਹੀਦ ਊਧਮ ਸਿੰਘ ਜੀ ਨੇ ਉਸ ਬਿਰਤਾਂਤ ਨੂੰ ਦੇਖਦਿਆਂ ਹੋਇਆਂ ਜੋ ਪ੍ਰਣ ਕੀਤਾ, ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਇਸ ਸਿੱਖ ਦੇ ਸਵਾਸ ਉਨੀ ਦੇਰ ਤੱਕ ਚੱਲਦੇ ਰਹਿਣੇ ਚਾਹੀਦੇ ਨੇ, ਜਿੰਨੀ ਦੇਰ ਤੱਕ ਮੈਂ ਉਹਨਾਂ ਮਜ਼ਲੂਮਾਂ ਦਾ ਹੱਕ ਨਹੀਂ ਲੈ ਲੈਂਦਾ। ਅਤੇ ਮੇਰੇ ਗੁਰੂ ਨੇ ਕਿਰਪਾ ਕੀਤੀ ਕਿ 7 ਸਮੁੰਦਰ ਪਾਰ ਆ ਕੇ ਵੀ ਉਸ ਸੂਰਮੇ ਨੇ
ਉਸ ਸੰਘਰਸ਼ ਨੂੰ ਜਾਰੀ ਰੱਖਦਿਆਂ ਉਸ ਖੂਨੀ ਕਾਂਡ ਦਾ ਬਦਲਾ ਲਿਆ ਤੇ ਉਹਦੇ ਪਿੱਛੇ ਸੁਰਤੀ ਫਿਰ ਤੁਹਾਡੀ ਲੈ ਕੇ ਜਾਵਾਂ। ਗੁਰੂ ਦੇ ਉੱਪਰ ਭਰੋਸਾ, ਗੁਰੂ ਦੇ ਚਰਨਾਂ ਦੇ ਵਿੱਚ ਕੀਤੀ ਹੋਈ ਅਰਦਾਸ ਤੇ ਗੁਰੂ ਦੇ ਉੱਪਰ ਵਿਸ਼ਵਾਸ। ਸੋ ਸਤਿਗੁਰੂ ਸੱਤ ਸਮੁੰਦਰ ਪਾਰ ਵੀ ਬਲ ਬਖਸ਼ ਕੇ ਉਹ ਸੇਵਾ ਨਿਭਾਉਣ ਦਾ ਜਿਹੜਾ ਹੈ, ਉਹ ਸੇਵਾ ਕਰਨ ਦਾ ਜਿਹੜਾ ਹੈ, ਉਹ ਉਦਮ ਬਖਸ਼ ਦਿੰਦਾ ਹੈ। ਗੁਰਮੁਖੋ ਵਿਸਾਖੀ ਦੇ ਨਾਲ ਉਸ ਤੋਂ ਅੱਗੇ ਆਪ ਜੀ ਦੀ ਸੁਰਤੀ ਨੂੰ ਲੈ ਕੇ ਜਾਵਾਂ, 1978 ਉਸੇ ਹੀ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਨਰਕਧਾਰੀਆਂ ਵੱਲੋਂ ਗੁਰੂ ਸਾਹਿਬ ਜੀ ਦਾ ਅਪਮਾਨ ਕਰ ਦੇਣਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਠੁੱਡੇ ਮਾਰ ਕੇ ਇਹ ਗੱਲ ਕਹਿਣੀ ਕਿ ਕੀ ਤਾਕਤ ਹੈ ਇਸ ਦੇ ਅੰਦਰ, ਮੇਰਾ ਕੀ ਵਿਗਾੜ ਸਕਦਾ ਹੈ, ਜੇ ਇਹ ਬਾਣੀ ਤਾਕਤ ਬਲ ਰੱਖਦੀ ਹੈ ਤੇ ਮੇਰਾ ਵਾਲ ਵਿੰਗਾ ਕਰਕੇ ਰੱਖ ਦੱਸੇ। ਤੇ ਗੁਰੂ ਕੇ ਸਿੱਖਾਂ ਨੇ ਜਿੱਥੇ ਉਸ ਕੁਕਰਮ ਨੂੰ ਰੋਕਣ ਵਾਸਤੇ ਸ਼ਾਂਤਮਈ ਮੁਜ਼ਾਹਰਾ ਕੀਤਾ ਹੈ ਤੇ 13 ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਨੇ, ਵਿਸਾਖੀ ਦੇ ਦਿਹਾੜੇ ਦੇ ਅੰਦਰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ, ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਵੀ ਸਾਡਾ ਇੱਕ ਪੱਖ ਹੈ। ਤੇ ਉਸਦੇ ਪਿੱਛੇ ਕਾਰਨ ਗੁਰਮੁਖੋ ਇਹ ਕਿ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਨੂੰ ਚੈਲੰਜ ਕਰਕੇ ਜਿੱਥੇ ਗੁਰੂ ਸਾਹਿਬ ਜੀ ਨੇ ਪੰਜ ਪਿਆਰੇ ਸਾਜੇ ਤੇ ਇਹ ਗੱਲ ਕਹਿਣੀ ਕਿ ਗੁਰੂ ਗੋਬਿੰਦ ਸਿੰਘ ਤਾਂ ਪੰਜ ਪਿਆਰੇ ਸਾਜ ਗਿਆ ਹੈ, ਮੈਂ 7 ਸਿਤਾਰੇ ਸਾਜਾਂਗਾ, ਗੁਰੂ ਤੋਂ ਵੀ ਵੱਡਾ ਹੋਣ ਦਾ ਦਾਅਵਾ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣੇ ਪੈਰਾਂ ਦੇ ਵਿੱਚ ਰੱਖਿਆ ਹੈ ਤੇ ਆਪਣੀ ਘਰਵਾਲੀ ਬੀਬੀ ਜਿਹੜੀ ਹਮੇਸ਼ਾ ਉਹਦੇ ਨਾਲ ਬਹਿੰਦੀ ਸੀ, ਉਹਦੇ ਮੋਢੇ ਦੇ ਉੱਪਰ ਕੋਈ ਛੋਟਾ ਜਿਹਾ ਜਾਨਵਰ ਜਿਹੜਾ ਟ੍ਰੇਨਡ ਕੀਤਾ ਹੋਇਆ ਉਸ ਨੂੰ ਬਿਠਾ ਦੇਣਾ ਤੇ ਇਹ ਗੱਲ ਦਾ ਪ੍ਰਚਾਰ ਕਰਨਾ ਕਿ ਬਾਜ ਗੁਰੂ ਕਲਗੀਧਰ ਪਿਤਾ ਰੱਖਦਾ ਹੁੰਦਾ ਸੀ, ਉਨੀ ਤਾਕਤ ਤਾਂ ਮੇਰੀ ਘਰ ਵਾਲੀ ਬੀਬੀ ਦੇ ਵਿੱਚ ਹੀ ਹੈ, ਬਾਜ ਤੇ ਮੇਰੀ ਬੀਬੀ ਦੇ ਮੋਢੇ ਤੇ ਬੈਠਾ ਰਹਿੰਦਾ ਹੈ, ਗੁਰੂ ਦੀ ਬੇਅਦਬੀ ਕਰਨ ਦੇ ਇੰਨੇ ਬਚਨ ਕਰਨੇ। ਤੇ ਉਹਨਾਂ ਗੁਰਸਿੱਖਾਂ ਨੇ ਫਿਰ ਉਹਦੇ ਘਰ ਅੰਦਰ ਵੜ ਕੇ ਗੁਰੂ ਦੇ ਉੱਪਰ ਭਰੋਸਾ ਰੱਖਦਿਆਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਜਦੋਂ ਉਸਦਾ ਸੋਧਾ ਲਾਇਆ ਹੈ। ਸੋ ਅੱਜ ਦੇ ਵਿਸਾਖੀ ਦੇ ਦਿਹਾੜੇ ਦੇ ਅੰਦਰ ਉਹਨਾਂ 13 ਸ਼ਹੀਦਾਂ ਨੂੰ ਯਾਦ ਕਰਨਾ ਤੇ ਗੁਰੂ ਦੇ ਬਚਨਾਂ ਦੇ ਪਹਿਰਾ ਦੇਣ ਵਾਲੇ ਸਿੰਘਾਂ ਨੂੰ ਯਾਦ ਕਰਨਾ, ਇਹ ਵੀ ਸਾਡੀ ਵਿਸਾਖੀ ਦਾ ਇੱਕ ਪੱਖ ਹੈ। ਤੇ ਗੁਰਮੁਖੋ ਆਪ ਜੀ ਨੂੰ ਇਸ ਗੱਲ ਦਾ ਧਿਆਨ ਦਿਵਾਉਣਾ ਚਾਹਾਂ, ਕਿਸੇ ਧਰਮ ਦੇ ਨਾਲ ਸੈਕਟਰੀ ਜੀ ਬੋਲ ਕੇ ਗਏ ਨੇ ਕਿਸੇ ਸੰਪਰਦਾ ਦੇ ਨਾਲ ਸਾਡਾ ਕੋਈ ਵਿਰੋਧ ਨਹੀਂ, ਪਰ ਜਿਹੜਾ ਮੇਰੇ ਗੁਰੂ ਦਾ ਸਕਾ ਨਹੀਂ ਮੇਰੇ ਗੁਰੂ ਨੂੰ ਬੋਲ ਕਬੋਲ ਬੋਲੇਗਾ ਉਹ ਗੁਰਸਿੱਖ ਦਾ ਵੀ ਕੁਝ ਨਹੀਂ ਲੱਗਦਾ। ਸੋ ਅੱਜ ਦੇ ਮੌਜੂਦਾ ਸਮੇਂ ਦੇ ਅੰਦਰ ਵੀ ਉਹ ਨਰਕਧਾਰੀ ਲੋਕ ਹੀ ਹਨ ਜਿਹੜੇ ਗੁਰੂ ਦੇ ਬਚਨਾਂ ਦੇ ਉੱਪਰ ਪਹਿਰਾ ਦੇਣ ਦੀ ਥਾਂ ਗੁਰੂ ਕੀ ਗੁਰਬਾਣੀ ਨੂੰ ਬਦਲ ਰਹੇ ਨੇ ਤੇ ਇਸ ਗੱਲ ਦਾ ਦਾਅਵਾ ਕਰ ਰਹੇ ਨੇ ਕਿ ਗੁਰੂ ਇੱਕ ਮਨੁੱਖੀ ਸਰੀਰ ਹੈ ਜਿਸ ਤਰ੍ਹਾਂ ਅਸੀਂ ਤੇ ਤੁਸੀਂ ਹਾਂ, ਇਸ ਤੋਂ ਵੱਧ ਕੇ ਕੁਛ ਨਹੀਂ। ਤੇ ਉਹਨਾਂ ਦੇ ਉੱਪਰ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਾਰ ਹੀ ਹੈ ਤੇ ਗੁਰੂ ਕਾ ਖਾਲਸਾ ਇਸ ਗੱਲ ਤੋਂ ਸੁਚੇਤ ਰਹੇ ਕਿ ਕਿਸੇ ਦੀ ਨਿੰਦਿਆ ਕਰਕੇ ਕਿਸੇ ਦਾ ਵਿਰੋਧ ਕਰਕੇ ਅਸੀਂ ਖੱਟੀ ਨਹੀਂ ਖਾਣੀ, ਪਰ ਅਸੀਂ ਸੁਚੇਤ ਜ਼ਰੂਰ ਹੋਣਾ ਹੈ ਤੇ ਜਿਹੜਾ ਚੌਕੀਦਾਰ ਹੁੰਦਾ ਹੈ ਉਹਦਾ ਫਰਜ਼ ਬਣਦਾ ਹੈ ਕਿ ਭਾਈ ਜਾਗਦੇ ਰਹੋ ਦਾ ਹੋਕਾ ਦੇਣਾ ਤੇ ਘਰ ਵਾਲਿਆਂ ਦੀ ਮਰਜ਼ੀ ਹੈ, ਉਹ ਸੁੱਤੇ ਰਹਿਣਾ ਚਾਹੁੰਦੇ ਨੇ ਤੇ ਸੁੱਤੇ ਰਹਿਣ ਤੇ ਜਿਹੜੇ ਜਾਗਣਾ ਚਾਹੁੰਦੇ ਨੇ ਉਹ ਜਾਗ ਸਕਦੇ ਨੇ। ਸੋ ਵਿਸਾਖੀ ਦੇ ਅੰਦਰ ਜਿੱਥੇ ਸਿੱਖ ਪੰਥ ਦੇ ਅੰਦਰ ਅਹਿਮ ਫੈਸਲੇ ਹੋਏ ਨੇ, ਸੋ ਉਸ ਵਿਸਾਖੀ 1978 ਦਾ ਇਤਿਹਾਸ ਵੀ ਸਾਡੇ ਵਾਸਤੇ ਮੂੰਹ ਬੋਲ ਦੀ ਤਸਵੀਰ ਹੈ ਤੇ ਉਹਨਾਂ ਸਿੰਘਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਇੱਕ ਵਾਰ ਗੱਜ ਕੇ ਸਾਰੀ ਸੰਗਤ ਧਿਆਨ ਧਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਮੇਂ ਨੇ ਆਪਣੀ ਚਾਲ ਚੱਲੀ ਹੈ, ਇਹ ਕੁਝ ਇੱਕ ਪੱਖ ਸਨ ਜਿਹੜੇ ਆਪਣੇ ਸਮੇਂ ਦੇ ਅੰਦਰ ਰਹਿੰਦਿਆਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੇ ਨੇ ਤੇ ਗੁਰੂ ਕਲਗੀਧਰ ਪਿਤਾ ਨੇ ਜੋ ਮੁਕੰਮਲ ਸਰੂਪ ਬਖਸ਼ ਕਰਕੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਖੰਡੇ ਬਾਟੇ ਦੀ ਪੌਲ ਛਕਾ ਕਰਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ,
ਆਪ ਸੰਗਤਾਂ ਦੇ ਗੋਚਰੇ ਇਹ ਦੱਸਦਾ ਜਾਵਾਂ ਕਿ ਅੱਜ ਉਸੇ ਹੀ ਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਦੇ ਉੱਪਰ ਵੀ ਕਿੰਤੂ ਪਰੰਤੂ, ਅੰਮ੍ਰਿਤ ਦੀਆਂ ਬਾਣੀਆਂ ਦੇ ਉੱਪਰ ਵੀ ਕਿੰਤੂ ਪਰੰਤੂ ਤੇ ਧਾਰਮਿਕ ਗ੍ਰੰਥਾਂ ਨੂੰ ਮੁੱਖ ਰੱਖ ਕਰਕੇ ਇਹ ਗੱਲ ਕਹੀ ਜਾਂਦੀ ਹੈ ਕਿ ਨਹੀਂ, ਉਸ ਵਕਤ ਸਿੰਘਾਂ ਦੇ ਸੀਸ ਵੀ ਨਹੀਂ ਝਟਕਾਏ ਗਏ, ਬੱਕਰੇ ਝਟਕਾਏ ਗਏ ਸਨ। ਇਹਨਾਂ ਪੱਖਾਂ ਨੂੰ ਉਲਝਾ ਕਰਕੇ ਸੰਗਤ ਦੇ ਮਨਾਂ ਦੇ ਅੰਦਰ ਗੁਰੂ ਤੋਂ ਭਰੋਸਾ ਵਿਸ਼ਵਾਸ ਜਿਹੜਾ ਹੈ ਉਸ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਤੇ ਆਖਰੀ ਬਚਨ ਕਹਿ ਕੇ ਆਪ ਜੀ ਤੋਂ ਖਿਮਾ ਲੈ ਲਵਾਂ, ਸਮਾਂ ਮੇਰਾ ਹੋ ਚੁੱਕਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਜੀ ਨੇ ਕਿਰਪਾ ਕੀਤੀ, ਇਤਿਹਾਸ ਪੜ੍ਹ ਕੇ ਦੇਖੋ ਕਿ ਜਿਹੜੇ ਮੇਰੇ ਵਰਗੇ ਕਦੇ ਪੰਜਾਬੀ ਦਾ ਕਾਇਦਾ ਨਹੀਂ ਪੜ੍ਹਿਆ, ਊੜੇ ਅੜੇ ਤੱਕ ਹੀ ਸੰਬੰਧਿਤ ਨੇ, ਤੋ ਗੁਰੂ ਕੇ ਗੁਰਬਾਣੀ ਦੇ ਅਰਥ ਵੀ ਫਿਰ ਪੰਜਾਬੀ 'ਚ ਹੀ ਕਰ ਦਿੰਦੇ ਨੇ, ਪਰ ਮੇਰੇ ਗੁਰੂ ਸੱਚੇ ਪਾਤਸ਼ਾਹ ਨੇ ਤਾਂ ਦੁਨੀਆਂ ਦੀ ਕੋਈ ਐਸੀ ਭਾਸ਼ਾ ਨਹੀਂ, ਐਸੀ ਬੋਲੀ ਨਹੀਂ ਜੋ ਗੁਰਬਾਣੀ ਦੇ ਅੰਦਰ ਦਰਜ ਨਹੀਂ ਕੀਤੀ। ਉਸ ਨੂੰ ਸਮਝਣ ਵਾਸਤੇ ਉਸ ਸਮੇਂ ਨੂੰ, ਉਸ ਅਸਥਾਨ ਨੂੰ, ਉਸ ਬੋਲੀ ਨੂੰ ਤੇ ਉਹਦੇ ਅਰਥਾਂ ਨੂੰ ਸਮਝਣਾ ਪਵੇਗਾ। ਤੇ ਜੇਕਰ ਕੇਵਲ ਪੰਜਾਬੀ ਦੇ ਵਿੱਚ ਹੀ ਅਸੀਂ ਅਰਥ ਕਰਕੇ ਗੁਰੂ ਕੀ ਗੁਰਬਾਣੀ ਦੇ ਅਰਥਾਂ ਦਾ ਨਿਰਰਥ ਕਰੀ ਜਾਣਾ ਹੈ ਤੇ ਫਿਰ ਅਸੀਂ ਪਾਪਾਂ ਦੇ ਭਾਗੀ ਕਹਾਵਾਂਗੇ। ਤੇ ਜਿਹੜੇ ਮੇਰੇ ਵੀਰ ਇਹ ਕਹਿੰਦੇ ਨੇ ਕਿ ਭਾਈ ਬੱਕਰੇ 'ਚ ਢਕਾਏ ਗਏ ਸਨ, ਸੀਸ ਨਹੀਂ ਲਏ ਗਏ, ਇਤਿਹਾਸਕਾਰ ਲਿਖਦੇ ਨੇ ਭਾਈ ਸੰਤੋਖ ਸਿੰਘ ਜੀ ਹੁਣਾਂ ਨੇ ਤਿੰਨ ਬਚਨ ਲਿਖੇ ਨੇ, ਬੱਕਰੇ, ਛਾਂਗ ਤੇ ਛੱਜ, ਤਿੰਨ ਜਗ੍ਹਾ ਦੇ ਉੱਪਰ ਉਹਨਾਂ ਨੇ ਜ਼ਿਕਰ ਕੀਤਾ ਹੈ ਜਦੋਂ ਪੰਜ ਪਿਆਰਿਆਂ ਦੇ ਸੀਸ ਲਏ ਗਏ ਨੇ। ਤੇ ਜਦੋਂ ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਖੋਲਾਂਗੇ, ਬੱਕਰੇ ਤੋਂ ਕੇਵਲ ਬੱਕਰਾ ਕਹਿ ਦੇਣਾ ਤੇ ਗੱਲ ਸਮਾਪਤ ਕਰ ਦੇਣੀ ਉਹ ਗਿਆਨਵਾਨ ਮਨੁੱਖ ਦਾ ਕੰਮ ਨਹੀਂ। ਮੁਸਲਮਾਨ ਧਰਮ ਦੇ ਅੰਦਰ ਕੁਆਰੀ ਬੱਚੀ ਤੇ ਕੁਆਰਾ ਬੱਚਾ ਜਿਸਦੀ ਸ਼ਾਦੀ ਨਾ ਹੋਈ ਹੋਵੇ ਉਸ ਨੂੰ ਵੀ ਬੱਕਰਾ ਕਿਹਾ ਜਾਂਦਾ ਹੈ। ਸਾਊਥ ਅਮਰੀਕਾ ਵਾਲੀ ਸਾਈਡ ਤੇ ਚਲੇ ਜਾਓ, ਉਹਨਾਂ ਦੀ ਬੋਲੀ ਦੇ ਅੰਦਰ ਬੱਕਰੇ ਦਾ ਅਰਥ ਬਣਦਾ ਹੈ ਮਜ਼ਲੂਮਾਂ ਦੀ ਰਾਖੀ ਕਰਨ ਦੀ ਕਿਰਿਆ ਤੇ ਗੁਲਾਮਾਂ ਨੂੰ ਚਲਾਉਣ ਵਾਲਾ ਡਰਾਈਵਰ ਕਹਿ ਲਓ, ਕੋਈ ਸਾਧਨ ਕਹਿ ਲਓ ਕਿ ਇੱਕ ਗੁਲਾਮਾਂ ਦਾ ਇਕੱਠ ਹੋਵੇ ਤੇ ਉਹਨਾਂ ਗੁਲਾਮਾਂ ਨੂੰ ਲੈ ਕੇ ਜਾਣ ਵਾਸਤੇ, ਉਹਨਾਂ ਨੂੰ ਅੱਗੇ ਤੋਰਨ ਵਾਸਤੇ ਜਿਹੜਾ ਸਭ ਤੋਂ ਅੱਗੇ ਹੋਵੇ ਉਸ ਨੂੰ ਬੱਕਰਾ ਕਿਹਾ ਜਾਂਦਾ ਹੈ। ਤੇ ਕੇਵਲ ਪੰਜਾਬੀ ਦੇ ਬੱਕਰੇ ਨੂੰ ਬੱਕਰੇ ਦੇ ਅਰਥ ਦੇ ਨਾਲ ਰਲਾ ਕਰਕੇ ਗੁਰੂ ਦੇ ਸ਼ਬਦ ਦੇ ਉੱਪਰ ਕਿੰਤੂ ਕਰ ਦੇਣਾ ਕਿੱਡੀ ਕੁ ਸਾਡੀ ਸੂਝਬਤਾਈ ਹੈ, ਕਿਉਂਕਿ ਵੱਖੋ ਵੱਖ ਬੋਲੀਆਂ ਦੇ ਅੰਦਰ, ਵੱਖੋ ਵੱਖ ਸਿਧਾਂਤਾਂ ਦੇ ਅੰਦਰ ਇਸ ਦੇ ਅਰਥ ਬਦਲ ਜਾਂਦੇ ਨੇ। ਸੋ ਲਿਖਣ ਵਾਲੇ ਕਵੀ ਨੇ ਕਿਹੜੀ ਬੋਲੀ ਦੇ ਵਿੱਚੋਂ ਕਿਹੜਾ ਸ਼ਬਦ ਲੈ ਕੇ ਕਿਹੜੇ ਅਰਥ ਕੀਤੇ ਨੇ ਉਹਦੀ ਹਾਮੀ ਫਿਰ ਅਸੀਂ ਕਿਸ ਤਰ੍ਹਾਂ ਭਰਾਂਗੇ। ਉਸ ਤੋਂ ਅੱਗੇ ਆਪ ਜੀ ਨੂੰ ਲੈ ਕੇ ਜਾਵਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਜਿੱਥੇ ਛੱਜ ਭਾਈ ਸਾਹਿਬ ਜੀ ਨੇ ਸ਼ਬਦ ਦੀ ਵਰਤੋਂ ਕੀਤੀ ਹੈ ਤੇ ਜੇ ਜੱਜੇ ਦੇ ਪੈਰ ਦੇ ਅੰਦਰ ਬਿੰਦੀ ਪਾ ਦਿੱਤੀ ਜਾਵੇ ਤੇ ਉਸ ਨੂੰ ਕਿਹਾ ਜਾਂਦਾ ਹੈ, ਉਸ ਦਾ ਅਰਥ ਬਣਦਾ ਹੈ ਕਿ ਛੱਜ ਭਾਵ ਕ੍ਰੋਧ ਨੂੰ ਖਤਮ ਕਰਕੇ ਨਿਰਮਾਨਤਾ ਦੇ ਸਹਿਜਤਾ ਦੇ ਅਧੀਨ ਕਰ ਦੇਣਾ, ਬੁਜ਼ਦਿਲੀ ਨੂੰ ਖਤਮ ਕਰ ਦੇਣਾ। ਸੋ ਜੇਕਰ ਇਹਨਾਂ ਸ਼ਬਦਾਂ ਦੇ ਅਰਥਾਂ ਵੱਲ ਧਿਆਨ ਮਾਰਾਂਗੇ ਤੇ ਫਿਰ ਸਾਡੀ ਸੁਰਤੀ ਕਿੱਥੇ ਟਿਕਦੀ ਹੈ? ਕੇਵਲ ਗੁਰੂ ਦੇ ਉੱਪਰ ਸ਼ੰਕਾ ਕਰਕੇ ਗੁਰੂ ਦੇ ਇਤਿਹਾਸ ਨੂੰ ਪੰਜਾਬੀ ਦੇ ਵਿੱਚ ਹੀ ਪੜ੍ਹ ਕੇ ਤੇ ਪੰਜਾਬੀ ਦੇ ਵਿੱਚ ਹੀ ਅਰਥ ਕਰ ਦੇਣੇ ਤੇ ਸੰਗਤਾਂ ਦੇ ਮਨਾਂ ਅੰਦਰ ਇਹ ਭੁਲੇਖਾ ਪਾ ਦੇਣਾ, ਉਹ ਸਾਡੇ ਵਾਸਤੇ ਘਾਤਕ ਸਿੱਧ ਹੋ ਰਿਹਾ ਹੈ। ਗੁਰਮੁਖੋ, ਗੁਰੂ ਸਾਹਿਬ ਸਮਰੱਥ ਹਨ। ਗੁਰੂ ਕਲਗੀਧਰ ਪਿਤਾ ਦੇ ਜੀਵਨ ਦਾ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਾਂ। ਸਤਿਗੁਰ ਸੱਚੇ ਪਾਤਸ਼ਾਹ ਦੁਮਾਲਾ ਸਜਾਇਆ ਹੈ, ਕਲਗੀ ਸਜਾਈ ਹੈ, ਸ਼ਸਤਰ ਪਹਿਨੇ ਨੇ, ਤਿਆਰ ਹੋ ਰਹੇ ਨੇ ਤੇ ਗੁਰਸਿੱਖਾਂ ਨੇ ਆ ਕੇ ਬੇਨਤੀ ਕੀਤੀ ਕਿ ਸਤਿਗੁਰ ਬੜੇ ਸੋਹਣੇ ਲੱਗਦੇ ਨੇ, ਬੜੀ ਡੀਲ ਡੂਲ ਸੁੰਦਰ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਮਨ ਦੀ ਭਾਵਨਾ ਜਾਣ ਕਰਕੇ ਗੁਰਸਿੱਖ ਨੂੰ ਬੇਨਤੀ ਕੀਤੀ ਹੈ ਕਿ ਭਾਈ ਅੱਜ ਚਾਹੁੰਦੇ ਹਾਂ ਕਿ ਸਾਡਾ ਕਮਰ ਕੱਸਾ ਤੂੰ ਕਰੇ। ਗੁਰਸਿੱਖ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀ, ਸਤਿਗੁਰੂ ਜੀ ਮੈਂ। ਸਤਿਗੁਰੂ ਕਹਿੰਦੇ ਹਾਂ ਭਾਈ,
ਸਰੀਰ ਦੇਖ ਕਰਕੇ ਡੀਲ ਡੋਲ ਦੇਖ ਕਰਕੇ ਤੇਰੇ ਮਨ ਅੰਦਰ ਫੁਰਨਾ ਪੈਦਾ ਹੋਇਆ ਹੈ ਤੇ ਅਸੀਂ ਤੈਨੂੰ ਚਾਹੁੰਦੇ ਹਾਂ ਕਿ ਭਾਈ ਸਾਡਾ ਕਮਰ ਕੱਸਾ ਤੂੰ ਕਰੇ। ਗੁਰਸਿੱਖ ਨੇ ਸੇਵਾ ਨਿਭਾਈ ਹੈ, ਜਦੋਂ ਵੀ ਕਮਰ ਕੱਸਾ ਕਰਦਾ ਹੈ ਤੇ ਕਮਰ ਕੱਸਾ ਸਰੀਰ ਚੋਂ ਨਿਕਲ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ 2-3 ਵਾਰ ਸਿੱਖ ਸੇਵਕ ਤੋਂ ਸੇਵਾ ਲਈ ਹੈ ਤੇ ਉਸ ਸੇਵਕ ਨੇ ਵੇਖਿਆ ਹੈ ਕਿ ਜਿੰਨੀ ਮਰਜ਼ੀ ਮੈਂ ਕੋਸ਼ਿਸ਼ ਕਰਦਾ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕਮਰ ਕੱਸਾ ਮੇਰੇ ਤੋਂ ਨਹੀਂ ਲੱਗਦਾ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਉੱਥੇ ਫਿਰ ਧਿਆਨ ਦਵਾਇਆ। ਗੁਰਸਿੱਖਾ, ਇਹ ਕੌਤਕ ਇਸ ਕਰਕੇ ਵਰਤਾਇਆ ਗਿਆ ਹੈ ਕਿ ਜਿਹੜੇ ਗੁਰੂ ਨੂੰ ਕੇਵਲ ਸਰੀਰ ਕਰਕੇ ਮੰਨਦੇ ਨੇ ਜਾਂ ਇਹ ਸੋਚਦੇ ਨੇ ਕਿ ਸਾਡੇ ਵਾਂਗ ਗੁਰੂ ਇੱਕ ਆਮ ਸਰੀਰ ਹੈ, ਉਹਨਾਂ ਦਾ ਇਹ ਭੁਲੇਖਾ ਦੂਰ ਹੋ ਜਾਵੇ ਕਿ ਗੁਰੂ ਬੇਸ਼ੱਕ ਇੱਕ ਦੁਨਿਆਵੀ ਸਰੀਰ ਦੇ ਰੂਪ ਦੇ ਵਿੱਚ ਧਰਤੀ ਦੇ ਉੱਪਰ ਵਿਚਰ ਰਿਹਾ ਹੈ ਪਰ ਉਹ ਗੁਰੂ ਇੱਕ ਆਮ ਸਰੀਰ ਨਹੀਂ। ਤੇ ਜਦੋਂ ਇਹਨਾਂ ਬਚਨਾਂ ਨੂੰ ਅਸੀਂ ਪੜ੍ਹਿਆ ਹੀ ਨਹੀਂ, ਸੁਣਿਆ ਹੀ ਨਹੀਂ ਤੇ ਆਪਣੀ ਦੌੜ ਮੁਤਾਬਕ ਗੁਰੂ ਨੂੰ ਇੱਕ ਆਮ ਮਨੁੱਖ ਸਿੱਧ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਵੀ ਗੁਰੂ ਦੀਆਂ ਬਖਸ਼ਿਸ਼ਾਂ ਤੋਂ ਫਿਰ ਲਾਂਭੇ ਹੋਣ ਵਾਲਾ ਕਾਰਜ ਹੈ। ਸੋ ਭਰੋਸਾ, ਦ੍ਰਿੜਤਾ, ਵਿਸ਼ਵਾਸ ਮੇਰੇ ਗੁਰੂ ਦੇ ਉੱਪਰ ਬਣੇ, ਤਦ ਹੀ ਮੇਰੇ ਗੁਰੂ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਲਈਆਂ ਜਾ ਸਕਦੀਆਂ ਨੇ। ਸੋ ਅੱਜ ਦੇ ਇਸ ਵਿਸਾਖੀ ਦੇ ਦਿਹਾੜੇ ਦੇ ਉੱਪਰ ਸਮਰਪਿਤ ਨਗਰ ਕੀਰਤਨ ਸਾਹਿਬ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਦੂਰੋਂ ਨੇੜਿਓਂ ਜਿੰਨੀਆਂ ਵੀ ਸੰਗਤਾਂ ਹਾਜ਼ਰ ਹੋਏ ਹੋ, ਸਤਿਗੁਰ ਦੇ ਚਰਨਾਂ 'ਤੇ ਅਰਦਾਸ ਬੇਨਤੀ ਜ਼ਰੂਰ ਕਰੀਏ ਕਿ ਸਤਿਗੁਰੂ ਜੇ ਆਏ ਹਾਂ ਤਾਂ ਤੇਰੇ ਦਰ ਤੋਂ ਕੁਝ ਲੈ ਕੇ ਜਾਈਏ। ਜੇਕਰ ਖਾਲੀ ਆਏ ਸੀ ਤੇ ਖਾਲੀ ਮੁੜ ਗਏ ਹਾਂ ਤੇ ਫਿਰ ਵਿਸਾਖੀ ਮਨਾਈ, ਗੁਰੂ ਕੇ ਦਿਹਾੜੇ ਮਨਾਏ ਸਾਡੇ ਸਫਲ ਨਹੀਂ। ਗੁਰੂ ਕੇ ਦਰ ਤੋਂ ਹੋਰ ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇੰਨੀ ਕੁ ਬੇਨਤੀ ਕਰਕੇ ਜਾਈਏ ਕਿ ਸਤਿਗੁਰੂ ਜੇ ਅਗਲੇ ਸਾਲ ਆਵਾਂ ਤਾਂ ਕਿਰਪਾ ਕਰੀ ਤੇਰਾ ਪੁੱਤਰ ਤੇਰੀ ਧੀ ਬਣ ਕੇ ਤੇਰਾ ਲਾਇਕ ਸਪੁੱਤਰ ਹੋਣ ਦਾ ਮੈਂ ਉਹ ਫਰਜ਼ ਅਦਾ ਕਰਾਂ। ਤੇ ਅਜੇ ਵੀ ਗੁਰਮੁਖੋ ਕੋਈ ਦੇਰ ਨਹੀਂ ਹੋਈ, ਇਸ ਵੈਸਾਖ ਦੇ ਮਹੀਨੇ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਖੰਡੇ ਪਾਟੇ ਦੀ ਪੌਲ ਛੱਕ ਕਰਕੇ ਗੁਰੂ ਕੇ ਸਿੰਘ ਤੇ ਸਿੰਘਣੀਆਂ ਸਜੀਏ, ਤਦ ਹੀ ਮੇਰੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਪੰਥ ਦੇ ਵਾਰਸ ਤੇ ਪੰਥ ਦੇ ਹਿੱਸਾ ਬਣਨ ਦੇ ਅਸੀਂ ਯੋਗ ਹੋਵਾਂਗੇ। ਤੇ ਇੱਕ ਆਖਰੀ ਬੇਨਤੀ ਕਰਦੇ ਮੈਂ, ਭਾਈ ਸਾਹਿਬ ਹੋਣਾ ਨੇ ਧਿਆਨ ਦਵਾਇਆ ਸੀ ਕਿ ਇਸ ਵਕਤ ਸਮਾਂ ਕਠਨ ਹੈ, ਗੁਰਮੁਖੋ ਸਮਾਂ ਕਠਨ ਉਹਨਾਂ ਵਾਸਤੇ ਨੇ ਜਿਹੜੇ ਕੱਚੇ ਪਿੱਲੇ ਨੇ, ਜਿਹੜੇ ਟੁੱਟੇ ਹੋਏ ਨੇ, ਜਿਹੜੇ ਗੁਰੂ ਦੀ ਬਾਣੀ ਨੂੰ ਪੜ੍ਹਨ ਵਾਲੇ ਨੇ, ਗੁਰੂ ਤੇ ਭਰੋਸਾ ਸਿਦਕ ਰੱਖਣ ਵਾਲੇ ਨੇ, ਉਹ ਦੁਨੀਆਂ ਦੇ ਕਿਸੇ ਕੋਨੇ ਦੇ ਅੰਦਰ ਵੀ ਬੈਠੇ ਨਾ ਹੋਣ, ਉਹਨਾਂ ਦੇ ਵਾਸਤੇ ਉੱਥੇ ਹੀ ਗੁਰੂ ਮੌਜੂਦ ਹੈ। ਅੰਮ੍ਰਿਤ ਵੇਲੇ ਉੱਠਣ ਤੋਂ ਕੋਈ ਨਹੀਂ ਰੋਕਦਾ, ਬਾਣੀ ਪੜ੍ਹਨ ਤੋਂ ਕੋਈ ਨਹੀਂ ਰੋਕਦਾ, ਗੁਰੂ ਦੇ ਬਾਣੀ ਤੇ ਬਾਣੀ ਦੇ ਅੰਦਰ ਰਹਿ ਕਰਕੇ ਕਾਰਜ ਕਰਨ ਤੋਂ ਕੋਈ ਨਹੀਂ ਰੋਕਦਾ। ਜੇਕਰ ਢਲਿਆਈ ਹੈ ਤੇ ਉਹ ਸਾਡੀ ਹੈ, ਪਰ ਅਸੀਂ ਆਪਣੀ ਢਲਿਆਈ ਨੂੰ ਛੁਪਾਉਣ ਵਾਸਤੇ ਦੂਸਰਿਆਂ ਦਾ ਨਾਮ ਲੈ ਦਿੰਦੇ ਹਾਂ। ਤਾਂ ਮੇਰਾ ਸਤਿਗੁਰੂ ਕਿਰਪਾ ਕਰੇ, ਸਾਨੂੰ ਪਕਿਆਈ ਬਖਸ਼ੇ ਤੇ ਜਿਹੜੇ ਉਖੜ ਰਹੇ ਨੇ ਜਾਂ ਝੜ ਰਹੇ ਨੇ ਉਹ ਕੱਚੇ ਨੇ ਤੇ ਕੱਚੇ ਝੜਦੇ ਰਹੇ ਨੇ, ਗੁਰੂ ਦੇ ਭਰੋਸਾ ਰੱਖਣ ਵਾਲੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਨੇ ਤੇ ਚੜ੍ਹਦੀ ਕਲਾ 'ਚ ਰਹਿਣਗੇ। ਮੈਂ ਧੰਨਵਾਦ ਕਰਨਾ ਚਾਹੁੰਦਾ ਭਾਈ ਚਰਨਜੀਤ ਸਿੰਘ ਹੋਣਾ ਦਾ, ਭਾਈ ਅਮਰੀਕ ਸਿੰਘ ਜੀ ਤੂਰ ਵੀ ਬੈਠੇ ਨੇ, ਪ੍ਰਬੰਧਕ ਕਮੇਟੀ, ਮੇਰੇ ਸਤਿਕਾਰਯੋਗ ਸੈਕਟਰੀ ਸਾਹਿਬ ਗ੍ਰੰਥੀ ਸਿੰਘ ਸਾਹਿਬਾਨ, ਜਿਨ੍ਹਾਂ ਨੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਪਰ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਬਹਿ ਕਰਕੇ ਆਪ ਦੇ ਦਰਸ਼ਨ ਦੀਦਾਰੇ ਕਰਨ ਦਾ ਸਮਾਂ ਬਖਸ਼ਿਸ਼ ਕੀਤਾ। ਤੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਮੇਰਾ ਸਤਿਗੁਰੂ ਬਖਸ਼ਿਸ਼ ਕਰੇ, ਬਖਸ਼ ਦੇਵੇ। ਤੇ ਆਪ ਸੰਗਤ ਨੇ ਵੀ ਅਰਦਾਸ ਕਰਨੀ ਕਿ ਗੁਰੂ ਕੇ ਸ਼ਬਦ ਦੇ ਉੱਪਰ ਪਹਿਰਾ ਦੇਣ ਦੀ ਜਾਚ ਆ ਜਾਵੇ, ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ